ਸਨ ਪੰਜਾਬ ਟੀਵੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਹੈਲਥ ਲਾਈਨ ਹੈਡਲਾਈਨ ਵਿੱਚ ਅੱਜ ਸਾਡੇ ਨਾਲ ਮਹਿਮਾਨ ਨੇ ਡਾਕਟਰ ਇੰਦਰਜੀਤ ਕੌਰ ਜਿਹੜੇ ਕਿ ਆਯੁਰਵੇਦਾ ਦੇ ਵਿੱਚ 25 ইয়ারਸ ਤੋਂ ਪ੍ਰੈਕਟਿਸ ਕਰ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਿਜ਼ਨ ਪੰਜਾਬ ਜੀ ਵੀ ਤੇ ਥੈਂਕ ਯੂ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਯੂਜ਼ ਕਰਦੇ ਆ ਕਿ ਸਾਨੂੰ ਨਹੀਂ ਪਤਾ ਕਿ ਉਹ ਕਿੰਨਾ ਸਾਡੇ ਲਈ ਹਾਰਮਫੁਲ ਹੈ ਰੇਡੀਏਸ਼ਨਸ ਇੱਕ ਹਿਊਮਨ ਬਾਡੀ ਨੂੰ ਕਿਸ ਤਰੀਕੇ ਨਾਲ ਇਫੈਕਟ ਕਰਦੀ ਹੈ ਸੋ ਅੱਜ ਮੈਮ ਦੇ ਨਾਲ ਉਸ ਬਾਰੇ ਗੱਲ ਕਰਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਸਾਡੀ ਬਹੁਤ ਸਾਰੀ ਆਡੀ तरीके ਨਾਲ ਇਫੈਕਟ ਕਰਦੀ ਹੈ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਰੇਡੀਏਸ਼ਨ ਜਿਹੜੀ ਆ ਉਹ ਹਿਊਮਨ ਬਾਡੀ ਨੂੰ ਇਫੈਕਟ ਕਰਦੀ ਹੈ ਅ ਇੱਥੇ ਮੈਂ ਸਭ ਤੋਂ ਪਹਿਲੇ ਤੇ ਇਹ ਕਰਾਂ ਕਵਾਂਗੀ ਕਿ ਹਰ ਚੀਜ਼ ਕੁਝ ਨਾ ਕੁਝ ਐਮਿਟ ਕਰਦੀ ਹੈ ਹੈਨਾ ਇਵਨ ਸਨ ਰੇਜ਼ ਜੀ ਜਿਨੇ ਵੀ ਸਾਡੇ ਸਾਰੇ ਪਲੈਨੈਟਸ ਹੈ ਔਰ ਬਾਕੀ ਹੁਣ ਅੱਜ ਦੀ ਡੇਟ 'ਚ ਅਗਰ ਦੇਖਾ ਜਾਏ ਤਾਂ ਮੈਨ-ਮੇਡ ਪੋਲੂਸ਼ਨ ਬਹੁਤ ਜ਼ਿਆਦਾ ਹੈ ਹੈਨਾ ਜੋ ਸਾਡੇ ਲੈਪਟਾਪਸ ਸਭ ਤੋਂ ਜ਼ਿਆਦਾ ਜੋ ਹੱਥ 'ਚ ਮੋਬਾਈਲ ਫੜੇ ਹੋਏ ਆਂ ਅਸੀਂ ਸਾਡੇ ਘਰ 'ਚ microwaves refrigerator ਇਹ ਤੋਂ ਲੈ ਕੇ z ਤੱਕ ਕੋਈ ਵੀ ਚੀਜ਼ ਜਿਹੜੀ ਅਸੀਂ ਯੂਜ਼ ਕਰ ਰਹੇ ਆਂ ਉਹ ਸਾਡੀ ਮਤਲਬ ਸਾਡੀ ਬੋਡੀ ਦੇ ਉੱਪਰ ਇਫੈਕਟ ਕਰਦੀ ਆ ਕਿਉਂਕਿ ਹਰ ਚੀਜ਼ ਹੈ ਜਦੋਂ ਅਸੀਂ ਚੱਲਦੇ ਆਂ ਤਾਂ ਅਸੀਂ ਬਾਈ ਪ੍ਰੋਡਕਟ ਕੋਈ ਨਾ ਕੋਈ ਚੀਜ਼ ਰਿਲੀਜ਼ ਕਰਦੇ ਆ ਹਨਾ ਤਾਂ ਉਹ ਰਿਲੀਜ਼ ਕੀ ਹੈ ਇਹਦੇ 'ਚੋਂ ਰੇਡੀਏਸ਼ਨਸ ਐਮਿਟ ਹੁੰਦੀਆਂ ਜਿਹੜੀਆਂ ਸਾਡੀ ਬੋਡੀ ਦੇ ਉੱਪਰ ਕਿਉਂਕਿ এনवायरमेंट ਚ ਆ ਰਹੀ ਆਂ ਔਰ ਅਸੀਂ এনवायरमेंट ਦਾ ਇੱਕ ਹਿੱਸਾ ਹੈ ਤਾਂ ਹਰ ਚੀਜ਼ ਇਫੈਕਟ ਕਰਦੀ ਆ ਔਰ ਕੋਈ ਵੀ ਚੀਜ਼ ਜਿਹੜੀ ਕੋਈ ਵੀ ਕੰਮ ਕਰੇਗੀ ਇਵਨ ਜਿਹੜੀਆਂ ਇਹਦੇ ਚ ਰੇਡੀਏਸ਼ਨਸ ਨਿਕਲਦੀਆਂ ਹਨ ਹਰ ਚੀਜ਼ ਇੱਕ ਟ੍ਰਾਂਸਫਰ ਇੱਕ ਚਲਦੀ ਹੈ ਜਦੋਂ ਅਸੀਂ ਚਲਦੇ ਹਾਂ ਤਾਂ ਵੀ ਗੋ ਰੇਡੀਏਸ਼ਨ ਫਾਰਮ ਚ ਉਹਦੇ ਚ ਅਸੀਂ ਕਹਾਂਗੇ ਕਿ ਔਸੀਲੇਸ਼ਨ ਔਸੀਲੇਸ਼ਨ ਹੈ ਕਿ ਮੂਵਮੈਂਟ ਹੁੰਦੀ ਹੈ ਹਰ ਚੀਜ਼ ਮੂਵਮੈਂਟ ਕਰਦੀ ਹੈ ਮੂਵਮੈਂਟ ਕਰਦੀ ਹੈ ਕੰਮ ਕਰਦੀ ਹੈ ਕੋਈ ਵੀ ਚੀਜ਼ ਹੈ ਮੂਵਮੈਂਟ ਕਰੇਗੀ ਔਰ ਫਿਰ ਜਦੋਂ ਅਸੀਂ ਮੂਵਮੈਂਟ ਕਰਦੇ ਆ ਜਾਂ ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਉਹਦੀ ਪ੍ਰੋਡਕਟਿਵਿਟੀ ਜ਼ਰੂਰ ਨਿਕਲਦੀ ਆ ਮਤਲਬ એનર્ਜੀ ਫਾਰਮ ਹੁੰਦੀ ਆ ਔਰ ਉਹ એનર્ਜੀ ਅਗਰ ਅਸੀਂ ਮੋਬਾਈਲ ਰੈਡੀਸ਼ਨ ਔਰ ਆਪਣੀ ਕੋਈ ਵੀ ਇਲੈਕਟ੍ਰੋਮੈਗਨੇਟਿਕ ਅਸੀਂ ਲੈ ਲਈਏ ਡਿਵਾਈਸਸ ਹਰ ਚੀਜ਼ ਚੋ ਇਹ ਜੜੀਆਂ ਰੈਡੀਏਸ਼ਨਸ ਆ ਤੁਸੀਂ ਦੇਖੋਗੇ ਕਿ ਜਿਹੜਾ ਤੁਹਾਡਾ ਸੋਰਸ ਹੁੰਦਾ ਤੁਸੀਂ ਪਿੱਛੇ ਹੱਥ ਅਗਰ ਰੱਖੋਗੇ ਆਪਣੇ ਲੈਪਟਾਪ ਤੇ ਵੀ ਤੁਹਾਨੂੰ ਉਹਦੇ ਚੋਂ ਹੀਟ ਨਿਕਲਦੀ ਫੀਲ ਹੁੰਦੀ ਆ ਫੀਲ ਹੁੰਦੀ ਆ ਉਸੇ ਤਰ੍ਹਾਂ ਮੋਬਾਈਲ ਨੂੰ ਤੁਸੀਂ ਥੋੜੀ ਦੇਰ ਚਾਰਜ ਕਰੋਗੇ ਤੂੰ ਜਦੋਂ ਹੱਥੇ ਚ ਫੜੋਗੇ ਤੁਹਾਨੂੰ ਇੱਕ ਹੀਟ ਫੀਲ ਹੁੰਦੀ ਹੈ ਤੂੰ ਹੀਟ ਕੀ ਹੈ ਉਹ ਹੀਟ ਹੈ ਕਿ ਉਹ ਜਿਹੜਾ ਕੰਮ ਕਰ ਰਿਹਾ ਹੈ ਉਹ ਕੰਮ ਦੀ ਜੋ ਬਾਈ ਪ੍ਰੋਡਕਟ ਹੈ that is the heat ਔਰ ਉਸੇ ਹਿਸਾਬ ਨਾਲ ਜਿਹੜੀਆਂ ਰੇਡੀਸ਼ਨ ਉਹ ਸਿੱਧਾ ਤੇ ਚੱਲਦਾ ਨਹੀਂ ਆ ਇਹ ਸਾਰੀ ਰੈਜ਼ੋਨੈਂਸ ਹੁੰਦੀ ਹੈ ਹੈਨਾ ਕਿ ਅਸੀਂ ਉਹਨੂੰ ਕਿਸ ਫ੍ਰੀਕੁਐਂਸੀ ਤੇ ਅਸੀਂ ਉਹਦੇ ਵਿੱਚ ਰੇਡੀਸ਼ਨਸ ਨਿਕਲ ਰਹੀਆਂ ਜਿਹੜਾ ਅਸੀਂ ਜੋ ਕਾਲ ਕਰਦੇ ਆ ਉਹ ਕਾਲ ਕਿੱਥੇ ਜਾ ਕੇ ਯੂਐਸਏ ਜਾ ਕੇ ਕਨੈਕਟ ਹੋ ਰਹੀ ਹੈ ਜਾਂ ਜਿੱਥੇ ਜਾ ਕੇ ਵੀ ਕਨੈਕਟ ਹੋ ਰਹੀ ਹੈ ਤਾਂ ਉਹ ਕਿਸੇ ਨਾ ਕਿਸੇ ਪਾਰਟਿਕੂਲਰ ਫ੍ਰੀਕੁਐਂਸੀਸ ਤੇ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਔਰ ਇਸੇ ਹਿਸਾਬ ਨਾਲ ਹੀ ਕਨੈਕਟ ਹੁੰਦੀਆਂ ਤੋ एवरीथिंग ਵਾਕਸ ਮਤਲਬ ਉਹ ਨੂੰ ਸੋਚ ਸਕਦੇ ਆ ਕਿ ਮੂਵਮੈਂਟ ਹੋ ਰਹੀ ਆ ਮੂਵਮੈਂਟ ਹੋ ਰਹੀ ਆ ਔਰ ਮੂਵਮੈਂਟ ਦੇ ਨਾਲ ਹੀਟ ਹੀਟ ਪ੍ਰੋਡਿਊਸ ਹੁੰਦੀ ਆ ਜਿਹੜੀ ਜਦੋਂ ਅਸੀਂ ਮੈਂ ਅਗਰ ਹੱਥ 'ਚ ਮੋਬਾਈਲ ਫੜਿਆ ਹੋਇਆ ਤੋ ਮੇਰੇ ਹੱਥ 'ਚ ਹੀਟ ਜਿਹੜੀ ਉਹ ਪ੍ਰੋਡਿਊਸ ਹੋ ਰਹੀ ਆ ਉਹ ਹੱਥ 'ਚ ਮੇਰੇ ਐਬਜ਼ੌਰਬ ਹੁੰਦੀ ਆ ਤੋ ਉਹ ਪੂਰੀ ਬਾਡੀ ਨੂੰ ਵੀ ਇਫੈਕਟ ਕਰੂ ਉਹ ਪੂਰੀ ਬਾਡੀ ਨੂੰ ਇਫੈਕਟ ਹੁੰਦੀ ਆ ਔਰ ਇੱਥੇ ਕਿਸ ਤਰ੍ਹਾਂ ਇਫੈਕਟ ਹੁੰਦੀ ਆ ਕਿ ਮੈਂ ਮੇਰੇ ਇੱਕ ਹੱਥ 'ਚ ਹੱਥ 'ਚ ਫੜਿਆ ਹੋਇਆ ਜੀ ਔਰ ear eyes ਆイズ ਤੋਂ ਮੈਂ ਪੜ ਰਹੀ ਹਾਂ ਕੋਈ ਮੈਸੇਜ ਆ ਰਹੇ ਹਨ ਤਾਂ ਜਿਹੜੇ ਜਿਹੜੇ ਆਰਗਨਸ ਮੇਰੇ ਇਹਦੇ ਨਾਲ ریلیਟ ਹੁੰਦੇ ਆ ਮੈਂ ਹੱਥਾਂ ਦੇ ਨਾਲ ਲੈਪਟਾਪ ਤੇ ਟਾਈਪ ਕਰ ਰਹੀ ਹਾਂ ਮੈਂ ਆイズ ਯੂਜ਼ ਕਰ ਰਹੀ ਹਾਂ ਤਾਂ ਉਹ ਕੀ ਹੁੰਦਾ ਉਹ ਕਿ ਉਹ ਜਿਹੜੀਆਂ ਉਹਦੇ ਚੋਂ ਐਮਿਟ ਹੋ ਰਹੀਆਂ ਰੇਡੀਏਸ਼ਨ ਜੋ ਮੈਂ ਰੀਡ ਕਰ ਰਹੀ ਹਾਂ ਜਿਸ ਤਰ੍ਹਾਂ ਸਾਹਮਣੇ ਕੰਪਿਊਟਰ ਤੇ ਆ ਮੈਂ ਉਹਨੂੰ ਰੀਡ ਕਰ ਰਹੀ ਹਾਂ ਤਾਂ ਰੀਡ ਕਰਨ ਦੇ ਨਾਲ ਉਹ ਮੇਰੇ ਦਿਮਾਗ ਦੇ ਉੱਪਰ ਆ ਕੇ ਇਮੇਜ ਜੋ ਬਣਦੀ ਹੈ ਜਿਨ੍ਹਾਂ ਨੇ ਵੀ ਸਾਇੰਸ ਪੜ੍ਹੀ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਸਮਝ ਸਕਦੇ ਆ ਉਹ ਇਮੇਜ ਜਿਹੜੀ ਬਣੇਗੀ ਉਹ ਕਿਸ ਤਰ੍ਹਾਂ ਟਰੈਵਲ ਹੋ ਕੇ ਮੇਰੇ ਦਿਮਾਗ ਤੇ ਆਂਦੀ ਹੈ this is my forehead aur isi the back side te my pineal gland and meri pituitary gland jinni bhi mere glands hain they are all affected aur jinni meri de uh, distance cut hovega jinna mera distance cut hovega ona mainu oh zyada affect karega and it uh, it depend karda ki meri duration kinni hundi hai main onu aadha ghanta use kar rahi ha to aadha ghanta main oh uh, de uh, de contacts hai ki main onu ਪੌਣਾ ਘੰਟਾ 1 ਘੰਟਾ ਜਾਂ ਜੋ ਅੱਜਕੱਲ ਦੇਖ ਲੋ ਕਿ ਤੁਸੀਂ 8 ਘੰਟੇ ਤੁਹਾਨੂੰ ਲਗਾਤਾਰ ਕੰਪਿਊਟਰ ਉੱਤੇ ਬੈਠਣਾ ਪੈਂਦਾ ਲਗਾਤਾਰ ਕੰਪਿਊਟਰ ਉੱਤੇ ਬੈਠਣਾ ਪੈਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕਿੰਨਾ ਐਕਸਪੋਜ਼ਰ ਹੈ ਜੀ ਹੈਨਾ ਤਾਂ ਉਹਨੀ دیر ਇਥੇ ਆ ਜਾਂਦਾ ਹੈ ਕਿ ਫਿਰ ਜਿਹੜਾ ਅਗਲਾ ਕੁਐਸਚਨ ਹੈ ਕਿ ਵੀ ਮੇਰੀ ਬਾਡੀ ਕਿਸ ਤਰ੍ਹਾਂ ਚੱਲੀਆਂ ਜਾਂਦੀ ਹੈ ਹੈਨਾ ਵੀ ਇਹ ਆਈਆਂ ਟਕਰਾਈਆਂ ਤਾਂ ਵਾਪਸ ਹੋ ਜਾਂਦੀਆਂ ਨਹੀਂ ਇਦਾਂ ਨਹੀਂ ਹੁੰਦਾ ਇਹ ਜੋ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਰੇਡੀਏਸ਼ਨਸ ਆਉਂਦੀਆਂ ਤਾਂ ਮੇਰੀ ਬਾਡੀ ਮੈਂ ਸੋਚ ਰਹੀ ਹਾਂ ਮੇਰੀ ਬਾਡੀ ਆਪਣਾ ਕੰਮ ਕਰ ਰਹੀ ਹੈ ਮੈਂ ਸੋਚ ਰਹੀ ਹਾਂ ਮੇਰਾ ਦਿਮਾਗ ਆਪਣਾ ਕੰਮ ਕਰ ਰਿਹਾ ਜੀ ਠੀਕ ਹੈ ਮੈਂ ਬੋਲ ਰਹੀ ਹਾਂ ਮੇਰੀ ਜ਼ੁਬਾਨ ਕੰਮ ਕਰ ਰਹੀ ਹੈ ਮੈਂ ਖਾਣਾ ਖਾਇਆ ਮੇਰੀ ਖਾਣਾ ਖਾਣ ਦੇ ਵਿੱਚ ਵੀ ਮੈਂ ਉਹਦੇ ਵਿੱਚ ਕੀ ਡਾਈਟ ਲਈ ਹੈ ਮੈਂ ਉਹਦੇ ਵਿੱਚ ਕਾਰਬੋਹਾਈਡਰੇਟਸ ਲਈਆ ਮੈਂ ਉਹਦੇ ਚ ਲਿਪਿਡਸ ਲਈਆ ਜਾਂ ਮੈਂ ਕੁਝ ਵੀ ਚੀਜ਼ ਲਈਆ ਹਰ ਇੱਕ ਜੋ ਵੀ ਫੂਡ ਆਈਟਮ ਅਸੀਂ ਲੈਂਦੇ ਆ ਉਹਦੀ ਆਪਣੀ ਕੈਮੀਕਲ ਕੰਪੋਜੀਸ਼ਨ ਹੁੰਦੀ ਆ ਉਹਨੂੰ ਕੈਮੀਕਲ ਕੰਪੋਜੀਸ਼ਨ ਨੂੰ ਡਾਈਜੈਸ਼ਨ ਦੇ ਜੂਸਿਸ ਹੈ ਜਿਹੜੀ ਸਾਰੀਆਂ ਚੀਜ਼ਾਂ ਹੈ ਬ੍ਰੇਨ ਦੇ ਜੂਸਿਸ ਹੈ ਬ੍ਰੇਨ ਤੋਂ ਐਨਜ਼ਾਈਮ ਜੋ ਨਿਕਲਦੇ ਹੈ ਤੋਂ ਉਹ ਸਾਰੇ ਜਦੋਂ ਡੈਜੈਸ਼ਨ ਹੁੰਦੀ ਆ ਜਾਂ ਕੋਈ ਮੈਂ ਸੋਚਦੀ ਆ ਹਰ ਚੀਜ਼ ਚ ਸੋਚੋ ਕਿ ਮੇਰੀ ਬਾਡੀ 'ਚ ਇੱਕ 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 ਤਰ੍ਹਾਂ ਦਾ ਇੱਕ ਕੈਮੀਕਲ ਹੈ केमिकल रिलीज ਹੁੰਦੇ ਆ ਔਰ ਉਹ ਛੋਟੇ ਛੋਟੇ ਪਾਰਟਿਕਲਸ ਬਣਦੇ ਆ ਔਰ ਮੇਰੀ ਬਾਡੀ ਚ ਇੱਕ ਮੂਵਮੈਂਟ ਜਿਹੜੀ ਚੱਲਦੀ ਰਹਿੰਦੀ ਹੈ ਇਹ ਐਪਰਿੰਟ ਕਿਥੋਂ ਆਂਦੀ ਆ ਅਗਰ ਤੁਸੀਂ ਆਪਣੇ ਬ੍ਰੇਨ ਦੀ ईईजी ਅਸੀਂ ਕਰਵਾਉਂਦੇ ਆ ਤਾਂ ਉਹਦੇ ਚ ਵੀ ਉਹੀ ਵਾਈਬ੍ਰੇਸ਼ਨਸ ਆਂਦੀਆਂ ਜਿਹੜੀ ਜਿਹੜੀਆਂ ਅਸੀਂ ਰੇਡੀਏਸ਼ਨਸ ਦੇਖ ਰਿਹਾ ਤੋ ਇਹੇ ਅਸੀਂ ਰਿਕਾਰਡ ਕਰ ਸਕਦੇ ਆ ਕਿ ਅਸੀਂ ਉਹਦੇ ਚ ਦੇਖਦੇ ਆਂ ਵੀ ਇਹ ਕਿੰਨੀਆਂ ਫਾਸਟ ਚੱਲ ਰਹੀ ਹੈ ਮੇਰਾ ਦਿਮਾਗ ਕਿੰਨਾ ਤੇਜ਼ ਚੱਲ ਰਿਹਾ ਹੈ ਨਾ ਔਰ ਉਸ ਤੋਂ ਬਾਅਦ ਹੈ ਕਿ ਮੇਰੇ ਹਾਰਟ ਦੀ ईसीजी ਕਰ ਸਕਦੇ ਆ ਇਟ ਮੀਨਸ ਕਿ ਮੇਰੀ ਬਾਡੀ ਚ ਆਲਰੇਡੀ ਇਲੈਕਟ੍ਰਿਕ ਕਰੰਟ ਬਣ ਰਹੇ ਹੈ ਸੋਚ ਰਿਹਾ ਨਿਊਰੋ ਟ੍ਰਾਂਸਮੀਟਰਸ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਤੋਂ ਦੇ ਆਰ ਆਲਰੇਡੀ ਇਨ ਮੇ ਬਾਡੀ ਔਰ ਜਦੋਂ ਇਹ ਚੀਜ਼ਾਂ ਆਂਦੀਆਂ ਹੈ ਹੌਲੀ ਹੌਲੀ ਐਬਜ਼ਾਰਬ ਹੋਣੀਆਂ ਸ਼ੁਰੂ ਹੁੰਦੀਆਂ ਤੋਂ ਇਹ ਮੇਰੇ ਆਪਣੇ ਜੋ ਪਰਸਿਸਟ ਕਰ ਰਿਹਾ ਮੇਰੇ ਐਕਸ਼ਨਸ ਦੇ ਮੇਰੀ ਬਾਡੀ ਚ ਜੋ ਜਿੰਨੇ ਵੀ ਸਾਰੇ ਮੇਰੇ ਸਿਸਟਮ ਜਿਹੜਾ ਚੱਲ ਰਿਹਾ ਉਹਦੇ ਚ ਜਦੋਂ ਇੰਟਰਮਿੰਗਲ ਹੋਣਾ ਸ਼ੁਰੂ ਹੋ ਜਾਂਦੇ ਆ ਤੋਂ ਇਹ ਮੇਰੀ ਬਾਡੀ ਨੂੰ ਹੋਰ ਇਫੈਕਟ ਕਰਨਾ ਸ਼ੁਰੂ ਹੋ ਜਾਂਦੇ ਆ ਹੈਨਾ ਜੀ ਬਿਲਕੁਲ ਮੈਮ ਅੱਜ ਦੀ ਡੇਟ ਵਿੱਚ ਅਸੀਂ ਪਹਿਲਾਂ ਤਾਂ ਇਸ ਤੇ ਵੀ ਆਵਾਂਗੇ ਕਿ ਬਹੁਤ ਔਖਾ ਹੈ ਜੀ ਅਸੀਂ ਸੋਚੀ ਕਿ ਕਿਸੇ ਲੈਪਟਾਪ ਤੋਂ ਬਿਨਾ ਅਸੀਂ ਫੋਨ ਤੋਂ ਬਿਨਾ ਜਾਂ ਅਸੀਂ ਟੀਵੀ ਤੋਂ ਬਿਨਾ ਅਸੀਂ ਜ਼ਿੰਦਗੀ ਨਹੀਂ ਸੋਚ ਸਕਦੇ ਕਿਉਂਕਿ ਅੱਜ ਹਰ ਚੀਜ਼ ਸਾਡੀ ਲੈਪਟਾਪ ਨਾਲ ਹੈ ਫੋਨ ਦੇ ਨਾਲ ਆ ਸਾਡੀ ਵਰਕਿੰਗ ਜਿਹੜੀ ਐ ਇਸ ਨਾਲ ਹੈਗੀ ਆ ਸੋ ਇਸ ਚੀਜ਼ ਨੂੰ ਅਸੀਂ ਬਿਲਕੁਲ ਵੀ ਅਵੋਇਡ ਨਹੀਂ ਕਰ ਸਕਦੇ ਸੋ ਅਸੀਂ ਇਹ ਚੀਜ਼ਾਂ ਸਾਡੇ ਤੇ ਘੱਟ ਅਸਰ ਕਰਨ ਇਸ ਨੂੰ ਅਸੀਂ ਕਿਵੇਂ ਬਚਾ ਕੇ ਰੱਖ ਸਕਦੇ ਆ ਪੌਇਜ਼ਨ ਇਜ਼ ਪੌਇਜ਼ਨ ਰਾਈਟ ਬਟ ਅਸੀਂ ਉਦੋਂ ਹੀ ਜਿਹੜੀ ਹੈਗੀ ਕਿ ਉਹਦੀ ਡੋਸ ਥੋੜੀ ਘੱਟ ਕਰ ਸਕਦੇ ਆ ਹੈ ਕਿ ਉਹ ਤੁਹਾਨੂੰ ਥੋੜਾ ਜਿਆਦਾ ਲੰਬਾ ਟਾਈਮ ਦੇ ਦੇ ਹੈਨਾ ਇਸ ਪੋਇਜ਼ਨ ਇਹਦੇ ਵਿੱਚ ਨੋ ਡਾਊਟ ਇਨ दैट ਕਿਉਂਕਿ ਇਹ ਹਮੇਸ਼ਾ ਮੈਂ ਅਗਰ ਕੋਈ ਇਹ ਕਹਿੰਦਾ ਕਿ ਮੈਂ ਲੈਪਟਾਪ ਨਹੀਂ ਵੀ ਫੜ ਰਿਹਾ ਜਾਂ ਮੈਂ ਮੇਰੇ ਕੋਲ ਮੋਬਾਈਲ ਨਹੀਂ ਵੀ ਹੈ ਇਵਨ ਦੈਨ ਵੀ ਆਰ ਸਰਾਊਂਡਡ ਬਾਏ ਇਲੈਕਟ੍ਰੋਮੈਗਨੇਟਿਕ ਪੋਲੂਸ਼ਨ ਕਿਉਂਕਿ ਪਹਿਲੇ 3G ਆਇਆ ਫਿਰ 4G ਆਇਆ ਸਾਨੂੰ ਸਪੀਡ ਜ਼ਿਆਦਾ ਚਾਹੀਦੀ ਹੈ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਸਪੀਡ ਜਿੰਨੀ ਜ਼ਿਆਦਾ ਹੋਏਗੀ ਉਹ ਟ੍ਰੈਵਲ ਕਿੱਥੇ ਕਰਕੇ ਆਏਗੀ ਉਹ ਪਰ ਇਹ ਇਹ ਸਵਾਲ ਹੁਣ ਇਸ ਵੇਲੇ ਬਹੁਤ ਵੱਡਾ ਸਵਾਲ ਬਣਿਆ ਹੋਇਆ ਤੁਸੀਂ 3G 4G 5G ਦੀ ਗੱਲ ਕੀਤੀ ਹੈ ਹੁਣ 5G ਦੀ ਟੈਸਟਿੰਗ ਨੂੰ ਲੈ ਕੇ ਬਹੁਤ ਸਾਰੇ ਪ੍ਰੋਟੈਸਟ ਹੋ ਰਿਹਾ ਇੱਥੇ ਵੀ ਆਪਣੇ ਦੇਸ਼ ਵਿੱਚ ਵੀ ਹੋ ਰਿਹਾ ਵਿਦੇਸ਼ਾਂ ਵਿੱਚ ਵੀ ਹੋ ਰਿਹਾ ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਕਿ ਨਹੀਂ ਇਹ ਗਲਤ ਅਫਵਾਹਾਂ ਨੇ ਸੋ ਇਸ ਤੇ ਜ਼ਰੂਰ ਦੱਸੋ ਮੈਨੂੰ ਲੱਗਦਾ ਕਿ ਇਹ ਇਸ ਵੇਲੇ ਇਸ ਸਮੇਂ ਦਾ ਮੁੱਦਾ ਹੈ ਸੋ ਕੀ ਵਾਕਈ ਇਹ ਬਹੁਤ ਜ਼ਿਆਦਾ ਇਫੈਕਟਿਵ ਹੈ ਹਿਊਮਨ ਬੋਡੀ ਲਈ ਜੇ 5G ਦੀ ਟੈਸਟਿੰਗ ਜਿਹੜੀ ਹੈ ਦੇਖੋ ਮੈਂ ਹਮੇਸ਼ਾ ਕਹਿੰਦੀ ਆ ਕਿ ਅਸੀਂ ਪਹਿਲੇ ਕੀ ਕੀਤਾ ਹੈ ਅਸੀਂ ਅਗਰ 5 ਐਲੀਮੈਂਟਸ ਦੀ ਗੱਲ ਕਰੀਏ ਹਮੇਸ਼ਾ ਅਸੀਂ ਮਤਲਬ ਸੁੰਦੇ ਸੁੰਦੇ ਵੱਡੇ ਹੋਏ ਆ ਪੰਜ ਤੱਤ ਤੋਂ ਬਨੇ ਆ ਪੰਜ ਤੱਤ ਵਿੱਚ ਬਿਲੀਨ ਹੋ ਜਾਣਾ ਬਟ ਉਹ ਪੰਜ ਤੱਤ ਨੂੰ ਅਸੀਂ ਰਿਸਪੈਕਟ ਕਿੰਨੀ ਦੇ ਰਹੇ ਆ ਇੱਥੇ ਮੇਰਾ ਕੁਐਸਚਨ ਹਮੇਸ਼ਾ ਇਹੀ ਆ ਜਾਂਦਾ ਕਿ ਅਸੀਂ ਉਹਨਾਂ ਨੂੰ ਕਿੰਨੀ ਰਿਸਪੈਕਟ ਦੇ ਰਹੇ ਆ ਪਾਣੀ ਅਸੀਂ ਗੰਦਾ ਕਰ ਦਿੱਤਾ ਅਰਥ ਐਲੀਮੈਂਟ ਅਸੀਂ ਗੰਦਾ ਕਰ ਦਿੱਤਾ ਹੁਣ ਅਸੀਂ 에ਅਰ ਐਲੀਮੈਂਟ ਗੰਦਾ ਕਰਨ ਲੱਗੇ ਹੋਏ ਆ ਇਹ ਜਿਹੜੀਆਂ ਰੇਡੀਏਸ਼ਨਸ ਆਉਂਦੀਆਂ ਕਿੱਥੋਂ ਟਰੈਵਲ ਹੋ ਕੇ ਆਉਂਦੀਆਂ ਦੇ ਟਰੈਵਲ ਬਾਈ 에ਅਰ ਨਾ ਜੀ ਹੁਣ ਅਮਰੀਕਾ ਤੋਂ ਅਗਰ ਕੋਈ ਆ ਰਹੀ ਹੈ ਜਾਂ ਚਾਈਨਾ ਤੋਂ ਕੋਈ ਅਸੀਂ ਕਾਲ ਕਰ ਰਹੇ ਹਾਂ ਜਾਂ ਕੋਈ ਵੀ ਇਹ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਇਟ ਇਜ਼ ਸਪੇਸ ਔਰ 에ਅਰ 엘ਿਮੈਂਟ ਹੈ ਨਾ ਜੀ ਤੋਂ ਇਹਦਾ ਮਤਲਬ ਇਹ ਇੱਕ ਰਹਿ ਗਿਆ ਸੀ ਅਸੀਂ ਹੁਣ ਉਹਨੂੰ ਵੀ ਗੰਦਾ ਕਰਨ ਲੱਗਿਆ ਹਾਂ ਫਲਾਈਟਸ ਐਨੀ ਜਿਆਦਾ ਚੱਲ ਪਈਆਂ ਇਹਨਾਂ ਇੰਜਨ ਉਹਨਾਂ ਚ ਯੂਜ਼ ਹੁੰਦਾ ਫਿਊਲ ਇਹਨਾਂ ਯੂਜ਼ ਹੁੰਦਾ ਉਹਨਾਂ ਚ ਧੂਆ ਇਹਨਾਂ ਨਿਕਲਦਾ ਹੈ ਤੋਂ 에ਅਰ 엘ਿਮੈਂਟ ਰਹਿ ਗਿਆ ਸੀ एयर एर एलिमेंट ਨੇ ਉਹਨੂੰ ਵੀ ਪੋਲੂਸ਼ਨ ਕਰਨਾ ਸ਼ੁਰੂ ਕਰ ਦੇ ਮਤਲਬ ਇਥੋਂ ਜਿੰਨਾ ਸਾਰਾ ਰੇਡੀਏਸ਼ਨ ਇਹ ਰੇਡੀਏਸ਼ਨ ਜਦੋਂ ਟਰੈਵਲ ਕਰਦੀ ਹੈ एयर एलिमेंट ਸਪੇਸ ਚ ਔਰ 에ਅਰ ਚ ਜਦੋਂ ਟਰੈਵਲ ਕਰਦੀ ਹੈ ਇਹ ਇਹ ਟਰੈਵਲ ਕਰਨ ਦੇ ਨਾਲ ਜਿੰਨੀ ਇਹਨਾਂ ਦੀ ਫ੍ਰੀਕੁਐਂਸੀ ਜ਼ਿਆਦਾ ਹੋਏ ਜਿੰਨੀ ਫਾਸਟ ਵੇਵ ਲੈਂਥ ਇਹਨਾਂ ਦੀ ਛੋਟੀ ਹੁੰਦੀ ਹੈ ਹੈਨਾ ਕਿ ਜਿੰਨਾ ਫਾਸਟ ਚਲੇਗਾ ਦਾ ਮਤਲਬ ਉਹਦੀ ਵੇਵ ਲੈਂਥ ਜ਼ਿਆਦਾ ਔਰ ਉਹਦੀ ਫ੍ਰੀਕੁਐਂਸੀ ਜ਼ਿਆਦਾ ਹੈ ਵੇਵ ਲੈਂਥ ਘਟ ਹੁੰਦੀ ਜਾਂਦੀ ਹੈ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਜਾਂਦੀ ਹੈ ਹੈਨਾ ਤੋਂ ਦੇ ਆਰ ਵਾਈਫਸ ਵਰਸਾ ਤੋਂ ਉਹ ਉਹਨੀ ਫਾਸਟ ਸਾਡਾ ਜਿਹੜਾ এনवायरमेंट ਹੈ ਉਹਨੂੰ ਉਹਨਾਂ ਚ ਫਾਸਟ ਖਰਾਬ ਕਰਦਾ ਖਰਾਬ ਕਰਨ ਦਾ ਮਤਲਬ ਇੱਥੇ ਇਹ ਏਜ ਲਗਾ ਲਓ ਜੋ ਮੈਂ ਪਹਿਲੇ ਦੱਸਿਆ ਕਿ ਇੱਕ ਰੇਡੀਏਸ਼ਨ ਦੇ ਕੈਰੈਕਟਿਸਟਿਕ ਦੋ ਐ ਇੱਕ ਹੈਗਾ ਹੀਟ ਜਨਰੇਸ਼ਨ ਦੂਸਰਾ ਹੈ ਔਸੀਲੇਸ਼ਨਸ ਔਸੀਲੇਸ਼ਨਸ ਕੀ ਹੈ ਕਿ ਮੇਰਾ 에ਅਰ ਐਲੀਮੈਂਟ ਆਲਰੇਡੀ ਹੈ ਜਿਹਨੂੰ ਅਸੀਂ ਡਿਸਟਰਬ ਕਰ ਰਹੇ ਹਾਂ ਦੂਸਰਾ ਵਾਈਬ੍ਰੇਸ਼ਨ ਉਹਦੇ ਚ ਕ੍ਰੀਏਟ ਕਰਦੇ ਆ ਠੀਕ ਹੈ ਤੀਸਰਾ ਉਹਦੇ ਚ ਹੀਟ ਜਨਰੇਟ ਕਰ ਰਹੇ ਆ ਤੋ ਕੀ ਹੈ ਅੱਜ ਤੁਸੀਂ ਦੇਖਿਆ ਕਿ ਪਹਿਲੇ ਕਦੇ ਇਦਾਂ ਹੋਇਆ ਕਿ ਹਾਂਜੀ ਇਹਨਾਂ ਮਹੀਨਿਆਂ ਚ ਬਾਰਿਸ਼ ਆਂਦੀ ਹੋਵੇ ਨਹੀਂ ਇਹਦਾ ਮਤਲਬ ਹੈ ਕਿ ਮੇਰੇ এনवायरमेंट ਨੂੰ ਮੌਇਸਚਰ ਦੀ ਇੰਨੀ ਕਮੀ ਹੋਗੀ ਕਿ ਉਹਨੂੰ ਤੀਸਰੇ ਦਿਨ ਬਾਰਿਸ਼ ਬੁਲਾਣੀ ਪੈਂਦੀ ਹੈ ਮਤਲਬ ਇੰਨੀ ਡਰਾਈਨੈਸ ਹੋਗੀ ਡਰਾਈਨੈਸ ਹੋਏਗੀ ਤਾਂ ਉਹਨੂੰ ਕਮਬੈਕ ਕਰਨ ਲਈ ਵੀ ਨੀਡ ਦਾ ਮੌਇਸਚਰ ਮੈਨੂੰ ਵਾਟਰ ਐਲੀਮੈਂਟ ਚਾਹੀਦਾ ਵਾਟਰ ਐਲੀਮੈਂਟ ਬਾਰਿਸ਼ ਤੋਂ ਹੀ ਆਏਗਾ ਤਾਂ ਇਹਦਾ ਮਤਲਬ ਇਹ ਹੈ ਕਿ ਜਿੰਨੀ ਡਰਾਈਨੈਸ ਹੋਏਗੀ ਉਨਨੀ ਹੀ ਜ਼ਿਆਦਾ ਮੈਨੂੰ ਮੌਇਸਚਰ ਦੀ ਕਮੀ ਹੋਏਗੀ ਔਰ ਉਨਾ ਹੀ ਅਗਰ ਹੁਣ ਅ ਮੇਰੇ ਕੋਲ ਕੋਈ ਚੀਜ਼ ਨਹੀਂ ਹੈ ਮੈਂ ਪੜੋਸੀ ਤੋਂ ਲੈਣ ਜਾਊਂਗੀ ਹੈਨਾ ਪੜੋਸੀ ਕੋਲ ਵੀ ਨਹੀਂ ਹੈ ਤਾਂ ਫਿਰ ਮੈਂ ੱੱਕਾ ਕਰੂੰਗੀ ਤਾਂ ਇਹੀ ਹੁਣ ਅੱਜ ਦੀ ਜਿਹੜੀ ਐਨਵਾਇਰਨਮੈਂਟ ਚ ਹੋ ਰਿਹਾ ਕਿ ਮੌਇਸਚਰ ਦੀ ਕਮੀ ਹੈ ਤਾਂ ਉਹ ਕੀ ਹੈ ਮੇਰੀ ਬਾਡੀ ਚੋ ਵੀ ਮੌਇਸਚਰ ਜੋ ਹੈ ਉਹ ਘਟ ਹੁੰਦਾ ਜਾ ਰਿਹਾ ਤੁਸੀਂ ਦੇਖੋਗੇ ਲੋਕ ਗੱਲ ਕਰਨਾ ਨਹੀਂ ਪਸੰਦ ਕਰਦੇ ਜੀ ਦੇ ਵਾਂਟ ਟੂ ਜਸਟ ਟ੍ਰਾਈਟ ਹਾਂ ਬਿਲਕੁਲ ਫੋਨ ਤੇ ਹਰ ਚੀਜ਼ ਜੇ ਫੋਨ ਤੇ ਅਗਲੇ ਨੂੰ ਮਤਲਬ ਕਿਸੇ ਦੀ ਕਾਲ ਆ ਜਾਂਦੀ ਆ ਉਹ ਜਵਾਬ ਦੇਣਾ ਬੜਾ ਔਖਾ ਲੱਗਦਾ ਵੀ ਇਦਾਂ ਹੀ ਸਰ ਜੇ ਕਾਲ ਯੂ ਬੈਕ ਕਰਕੇ ਵੀ ਇਹ ਬਹੁਤ ਦਿਮਾਗ ਖਾਏਗਾ ਹੁਣ ਉਹਨਾਂ ਕਿਵੇਂ ਬੋਲਣਾ ਸਾਨੂੰ ਕਿਸੇ ਦਾ ਹਾਲ ਚਾਲ ਵੀ ਪੁੱਛਣਾ ਇਟ ਇਜ਼ ਅ ਟ੍ਰੈਂਡ ਨਾਓ ਔਰ ਇੱਥੇ ਕੀ ਆ ਜਾਂਦਾ ਇੱਥੇ ਹੁਣ ਇਹ ਮੈਨਰਿਜ਼ਮ ਚ ਵੀ ਆ ਗਿਆ ਕਿ ਇਫ ਆਈ ऍम ਨਾਟ ਪਿਕਿੰਗ ਯੂਰ ਕਾਲ ਔਰ ਮੈਂ ਤੁਹਾਨੂੰ ਬੋ ਕਹਿ ਰਿਹਾ ਕਿ ਮੈਂ ਵਾਪਸ ਕਾਲ ਕਰੂੰਗਾ ਕਰੂੰਗਾ ਨਾ ਤਾਂ ਇੱਥੇ ਫਰਸਟ੍ਰੇਸ਼ਨ ਇਰੀਟੇਸ਼ਨ ਗੁੱਸਾ ਕਿਉਂ ਆ ਰਿਹਾ ਕਿਉਂਕਿ ਮੇਰੀ ਬਾਡੀ ਚ ਕਫ ਐਲੀਮੈਂਟ ਨਹੀਂ ਹੈ ਥੁੱਕ ਉਹ ਸਾਰਾ ਡレイン ਹੋ ਰਿਹਾ ਲੋਕ ਕੀ ਕਹਿੰਦੇ ਆ ਜੁਬਾਨ ਬੋਲਣ ਦੇ ਲਈ ਕੀ ਹੈ ਕਫ ਐਲੀਮੈਂਟ ਚਾਹੀਦਾ ਮੈਨੂੰ ਥੁੱਕ ਚਾਹੀਦਾ ਬੋਲਣ ਦੇ ਲਈ ਹੈਨਾ ਥੁੱਕਦ ਕਿ ਹੋਏਗਾ ਕਿ ਮੇਰੇ ਅੰਦਰ ਪਾਣੀ ਹੈਗਾ ਤਾਂ ਹੀ ਤਾਂ ਥੁੱਕ ਆਏਗਾ ਨਾ ਹੁਣ ਬੋਲਣ ਚ ਜ਼ੁਬਾਨ ਲੱਗਦੀ ਹੈ ਉਹ ਮੈਂ ਨਹੀਂ ਬੋਡੀ ਕੀ ਕਹਿੰਦੀ ਹੈ ਬਈ ਮੇਰੇ ਕੋਲ ਇੰਨਾ ਕੀ ਬਚਿਆ ਹੋਇਆ ਕਪੈਸਿਟੀ ਹੈ ਮੇਰੇ ਕੋਲ ਇੰਨਾ ਬਚਿਆ ਹੋਇਆ ਇਹਨੂੰ ਤਾਂ ਰਹਿਣ ਦਿਓ ਦਿਮਾਗ ਦਾ ਤੁਸੀਂ ਪਹਿਲਾਂ ਹੀ ਖਾਲੀ ਕੀਤਾ ਹੋਇਆ ਆਪਣਾ ਹੈਨਾ ਹਾਈਪਰ ਐਕਟੀਵੇਸ਼ਨ ਲਿਖਦੇ ਆ ਮੈਂ ਟਾਈਪ ਕਰ ਰਹੀ ਹਾਂ ਬਹੁਤ ਤੇਜ਼ ਉਹ ਦਿਮਾਗ ਔਰ ਹੱਥਾਂ ਦੀ ਕontribution ਹੈ। ਤੋਂ that is hyperactivation ਕੀ ਹੈ? air element again। ਕਿ ਉਹ ਥੋੜ ਨੂੰ ਦਿਮਾਗ ਨੂੰ ਇੰਨਾ ਤੇਜ਼ ਕਰਦਾ ਰਹਿੰਦਾ ਕਿ ਤੁਸੀਂ ਲਿਖਣਾ ਜ਼ਿਆਦਾ ਪ੍ਰੇਫਰ ਕਰਦੇ ਹੋ rather than ਬੋਲਨ ਨਾਲ। ਯੂ ਹਾਂ ਕਿ ਤੁਸੀਂ ਬਾਡੀ ਇਹ ਕਹਿੰਦੀ ਹੈ ਮੇਰੇ ਕੋਲ ਥੋੜਾ ਬਹੁਤ ਜਿਹੜਾ ਕਾਫ ਐਲੀਮੈਂਟ ਵਜਾ ਹੋਇਆ ਉਹਨੂੰ ਰਹਿਣ ਦਿਓ ਤੁਸੀਂ। ਜੀ। ਸੋ this is what is happening। ਹੌਲੀ ਹੌਲੀ ਕੀ ਹੈ? ਪਿੱਤ ਪ੍ਰਕੋਪ ਹੈ। ਪਿੱਤਰ ਕੀ ਹੀਟ ਬਹੁਤ ਵੱਧ ਰਹੀ ਹੈ ਇਨਵਾਇਰਨਮੈਂਟ 'ਚ। ਉਹ ਕੀ ਕਰ ਰਹੀ ਆ ਕਿ ਤੁਸੀਂ ਦੇਖੋ ਕਿ ਪੇਸ਼ੈਂਟਸ ਲੈਵਲ ਬਿਲਕੁਲ ਲੋਗਾंचं ਨਹੀਂ ਰਿਹਾ ਬਿਲਕੁਲ ਬਿਲਕੁਲ ਵੀ ਨਾਰਮਲ ਚੀਜ਼ ਤੇ ਲੋਕੀ ਬਹੁਤ ਛੋਟੜੀਆਂ ਚੀਜ਼ਾਂ ਤੇ ਹਾਈਪਰ ਹੋਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਹਾਂ ਲੋੜ ਉੱਥੇ ਆ ਜਾ ਮਤਲਬ ਤੁਸੀਂ ਕਦੇ ਕਹਿ ਸਕਦੇ ਹੋ ਕਿ ਵੀ ਅਗਰ ਗੱਡੀ ਕੋਈ ਓਵਰਟੈਕ ਕਰ ਕਰ ਗਿਆ ਉਹਨੂੰ ਅੱਗੇ ਜਾ ਕੇ ਉਹ ਬਟੇਕ ਕਰਕੇ ਉਹਨੂੰ ਸਟੈਬਿੰਗ ਕੀਤੀ ਆ ਕਿੰਨਾ ਇਨਸੀਡੈਂਟ ਅੱਜ ਕੱਲ੍ਹ ਹੈ ਬਹੁਤ ਸਾਰੇ ਇਨਸੀਡੈਂਟ ਹੈ ਜਿਹੜੇ ਇਨਸੀਡੈਂਟ ਅੱਜ ਕੱਲ੍ਹ ਅਸੀਂ ਆਸਪੜੋਸ ਵਿੱਚ ਲੋਕ ਇੱਕ ਦੂਸਰੇ ਦੀ ਕੋਈ ਐਕਟੀਵਿਟੀ ਬਰਦਾਸ਼ਤ ਨਹੀਂ ਕਰਦੇ ਨਾਰਮਲ ਗੱਲ ਅਸੀਂ ਲੋਕਾਂ ਨੂੰ ਬਹੁਤ ਘੱਟ ਕਰਦੇ ਦੇਖਦੇ ਆ ਮਤਲਬ ਜੇ ਅਸੀਂ ਕਿਸੇ ਨੂੰ ਗੱਲ ਨਹੀਂ ਕਰਨਾ ਚਾਹੁੰਦੇ ਸਿੱਧਾ ਲੜਨਾ ਸ਼ੁਰੂ ਕਰ ਦਿੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਵੀ ਇਸ ਤਰੀਕਾ ਨਾਲ ਏਸੀ ਇਸੇ ਲਈ ਹੈ ਨਾ ਕਿਉਂਕਿ ਮੇਰੀ ਬਾਡੀ ਚ ਕਾਫ ਐਲੀਮੈਂਟ ਰਹੀ ਵੀ ਗਿਆ ਸਨੇਰ ਹੈ ਹੀ ਨਹੀਂ ਆ ਹਮ ਕਿਉਂਕਿ ਅਸੀਂ ਸਾਰਾ ਦਿਨ ਹੀਟ ਦੇ ਵਿੱਚ ਰਹਿੰਦੇ ਆਂ ਡਰਾਈਨੈਸ ਤੁਸੀਂ ਦੇਖ ਲਓ ਕਿ ਕੋਈ ਵੀ ਚੀਜ਼ ਜਲਦੀ ਸੁਖਾਣੀ ਹੋਵੇ ਅਸੀਂ ਉਹਨੂੰ ਆਗਰੀ ਦੇ ਉੱਪਰ ਰੱਖ ਦੋ ਔਰ ਉੱਪਰੋਂ ਦੀ ਹਵਾ ਪਾ ਦੋ ਤਾਂ ਫਟਾਫਟ ਸੁੱਕ ਜਾਂਦੀ ਹੈ ਸੋ ਦੈਟ ਇਜ਼ ਵਾਟ ਇਜ਼ ਹੈਪਨਿੰਗ ਐਂਡ ਯੂ ਵੋਂਟ ਬੀਲੀਵ ਕਿ ਜਿਹੜਾ ਕਰੋਨਾ ਦਾ ਕਰੋਨਾ ਦੇ ਉੱਪਰ ਆਈ ਹੈਵ ਰਿਟਨ ਅ ਬੁੱਕ ਔਨ ਕਿ ਕਰੋਨਾ ਨੇ ਕਿਸ ਤਰ੍ਹਾਂ ਤੁਹਾਡੀ ਬਾਡੀ ਨੂੰ ਇਫੈਕਟ ਕੀਤਾ 에ਅਰ ਐਲੀਮੈਂਟ ਕੱਟ ਗਿਆ ਸਪੇਸ ਡਿਸਟਰਬ ਹੋ ਗਈ ਠੀਕ ਹੈ ਮੇਰੀ ਬਾਡੀ ਚ ਉਹਨੂੰ ਕੀ ਉਹਨੂੰ ਵੀ ਉਹਦੇ ਵੀ ਉਹੀ ਜਗ੍ਹਾ ਲੱਭੀ ਜਿੱਥੇ ਜ਼ਿਆਦਾ ਕਲਿਦ ਕਾਫ ਹਮਮ ਜਸਟ ਹੈ ਜਸਟ ਉਹਨੇ ਚੈਸਟਰ ਨੂੰ ਇਫੈਕਟ ਕੀਤਾ ਕਿ ਬੇ ਇੱਥੇ ਹੀ ਥੋੜਾ ਬਹੁਤ ਮੋਇਸਚਰ ਰਹਿ ਗਿਆ ਠੀਕ ਹੈ ਉੱਥੇ ਜਾ ਕੇ ਵੀ ਉਹਨੇ ਉਹਨੂੰ ਇੰਨਾ ਜ਼ਿਆਦਾ ਪਰੇਸ਼ਾਨੀ ਸੀ ਉਹਨੂੰ ਪੂਰਾ ਸਪਰੈਡ ਹੋ ਗਿਆ ਐਨੀ ਕਿ ਛੋਟੀ ਜੀ ਜਗ੍ਹਾ ਦੇ ਨਾਲ ਵੀ ਉਹਦਾ ਕੰਮ 서ਇਆ ਹੋਵੇ ਇਹ ਅਗਰ ਤੁਸੀਂ ਐਕਸ-ਰੇਸ ਦੇਖੋ ਅਗਰ ਤੁਸੀਂ ਐਮ ਆਰ ਆਈਸ ਦੇਖੋ ਉਹਨਾਂ ਦੇ ਪੇਸ਼ੈਂਟਸ ਦੀਆਂ ਤਾਂ ਤੁਸੀਂ ਦੇਖੋਗੇ ਕਿ ਉਹਨੇ ਇਹ ਨਹੀਂ ਕਿ ਇੱਕ ਜਿਸ ਤਰ੍ਹਾਂ ਨਮੋਨੀਆ ਹੁੰਦਾ ਤਾਂ ਇੱਕ ਪਾਰਟ ਅਸੀਂ ਲੈ ਲੈਂਦੇ ਆ ਕਿ ਐਨੀ ਕਿ ਜਗ੍ਹਾ ਤੇ ਇਨਫੈਕਸ਼ਨ ਹੋਈ ਸੀ ਉਹਨਾਂ ਇੱਕ ਜਗ੍ਹਾ ਤੇ ਕੰਸੋਲਿਡੇਸ਼ਨ ਹੋ ਗਈ ਲੰਗਸ ਦੀ ਔਰ ਉਹਨਾਂ ਕਪੈਚ ਖਰਾਬ ਹੋ ਗਿਆ ਉਹਨੂੰ ਅਸੀਂ ਕਹਿੰਦੇ ਆ ਕਿ ਜੇ ਚੋਡੋ ਟਿਊਬਰਕਲੋਸਿਸ ਵੀ ਹੋਇਆ ਸੀ ਤਾਂ ਵੀ ਇੰਨਾ ਕੋਇਆ ਸੀ ਇਹ ਨਹੀਂ ਤਾਂ ਪੂਰੇ ਪੂਰੇ ਲੰਗਸ ਨੂੰ ਇਫੈਕਟ ਕਰਨਾ ਸ਼ੁਰੂ ਕੀਤਾ ਹਾਂ ਤਾਂ ਰੀਜ਼ਨ ਸਾਰਾ ਇਹੀ ਹੈ ਕਿਉਂਕਿ ਹੈ ਹੀ ਨਹੀਂ ਮੇਰੀ ਮੇਰੀ ਬਾਡੀ ਚ ਮoiisture ਹੀ ਨਹੀਂ ਆ ਔਰ ਉਪਰੋਂ ਦੀ ਕੀ ਹੈ ਸਾਨੂੰ ਡਾਕਟਰਸ ਨੇ ਇਹ ਸਿੱਖਾਣਾ ਸ਼ੁਰੂ ਕੀਤਾ ਕਿ ਕੀ ਨਹੀਂ ਲੈਣਾ ਇਹ ਨਹੀਂ ਲੈਣਾ ਉਹ ਨਹੀਂ ਲੈਣਾ ਕੀ ਲਓ ਬਟ ਤਰੀਕਾ ਹੁੰਦਾ ਨਾ ਅਸੀਂ ਤਾਂ ਕੀ ਨੂੰ ਜਲਾਣਾ ਸ਼ੁਰੂ ਕਰ ਦਿੱਤਾ ਜੀ ਪਹਿਲੇ ਟਾਈਮ ਤੇ ਤੁਸੀਂ ਦੇਖੋਗੇ ਦਾਲ ਸਬ지 ਬੰਦੀ ਸੀ ਉੱਪਰੋਂ ਦੀ ਕੀ ਪਾ ਦਿੰਦੇ ਦੱਸੇ ਅਸੀਂ ਉਹਦੇ ਚ ਅਸੀਂ ਤੜਕੇ ਲਗਾ ਕੇ ਅਸੀਂ ਕੀ ਨੂੰ ਜਲਾਉਂਦੇ ਨਹੀਂ ਸੀ ਹੁਣ ਤਾਂ ਅਸੀਂ ਜਲਾ ਕੇ ਉਹਦਾ ਉਹਦਾ ਸਾਰਾ ਇਫੈਕਟ ਖਤਮ ਕਰ ਦਿੰਦੇ ਹਾਂ ਬਿਲਕੁਲ ਮੈਮ ਇਸ ਚੀਜ਼ ਤੇ ਵੀ ਆਵਾਂਗੇ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਬਟ ਪਹਿਲਾਂ ਇੱਕ ਬਹੁਤ ਛੋਟੀ ਜੀ ਚੀਜ਼ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਜੇ ਅਸੀਂ ਕਹਿ ਰਹੇ ਹਾਂ ਕਿ ਫੋਨ ਯੂਜ਼ ਕਰ ਰਹੇ ਹਾਂ ਅਸੀਂ ਕਹਿ ਰਹੇ ਹਾਂ ਕਿ ਸੈ ਲੈਪਟਾਪ ਯੂਜ਼ ਕਰ ਰਹੇ ਹਾਂ ਚਲੋ ਅਸੀਂ ਇਸ ਦੀ ਯੂਜ਼ ਨੂੰ ਘੱਟ ਕਰ ਦਵਾਂਗੇ ਪਰ ਇਸ ਤੋਂ ਇਲਾਵਾ ਘਰ ਵਿੱਚ ਜੇ ਅਸੀਂ ਇਹ ਚੀਜ਼ ਯੂਜ਼ ਨਹੀਂ ਕਰ ਸਕਦੇ ਤਾਂ ਕੀ ਅਸੀਂ ਰੇਡੀਏਸ਼ਨ ਤੋਂ ਬਚ ਰਹੇ ਹਾਂ ਜਾਂ ਹੋਰ ਐਜੀਆਂ ਚੀਜ਼ਾਂ ਹੋਰ ਹੈਗੀਆਂ ਸਾਡੇ ਘਰ ਵਿੱਚ ਜਿਹੜੀਆਂ ਸਾਨੂੰ ਨਹੀਂ ਪਤਾ ਕਿ ਇਹਨਾਂ ਦੀ ਰੇਡੀਏਸ਼ਨ ਸਾਡੇ ਤੇ ਇਫੈਕਟ ਕਰ ਰਹੀ ਹੈ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਸਭ ਤੋਂ ਜ਼ਿਆਦਾ ਤੁਹਾਡਾ ਜ਼ਹਿਰ ਹੈ ਦੈਟ ਇ ਹੈਨਾ ਇਨਫਰਾ ਰੈਡ ਰੇਜ਼ ਇਕੱਠੀਆਂ ਹੁੰਦੀਆਂ ਆਂ ਔਰ ਉਹ ਤੁਹਾਡਾ ਖਾਣਾ ਗਰਮ ਕਰਕੇ ਦਿੰਦੀਆਂ ਹੈਨਾ ਜੀ ਠੀਕ ਹੈ ਇਨਫਰਾ ਰੈਡ ਚਲੋ ਉਹ ਅਗਲੀ ਸਾਇੰਸ ਅਸੀਂ ਰਹਿਣ ਦਿੰਦੇ ਹਾਂ ਇੱਥੇ ਅਸੀਂ ਸਿੰਪਲ ਸਾਇੰਸ ਦੀ ਗੱਲ ਕਰਦੇ ਆਂ ਕਿ ਉਹ ਰੈਡੀਏਸ਼ਨਸ ਹੈ ਤੁਸੀਂ ਆਪਣਾ ਖਾਣਾ ਉਹਦੇ ਵਿੱਚ ਗਰਮ ਕਰ ਰਹੇ ਹੋ ਤਾਂ ਮਤਲਬ ਥੋੜਾ ਉਹਦਾ ਖਾਣੇ ਦਾ ਜੋ ਵੀ ਨਿਊਟ੍ਰੀਐਂਟਸ ਹੈ ਉਹ ਜਾ ਰਹੇ ਆਂ ਸਾਨੂੰ ਬਾਹਰੋਂ ਨਿਊਟ੍ਰੀਐਂਟ ਲੈਣ ਦੀ ਜ਼ਰੂਰਤ ਕਿਉਂ ਪੈ ਰਹੀ ਆ ਹੈਨਾ ਅਸੀਂ ਲੋਕ ਕਹਿੰਦੇ ਅਸੀਂ ਖਾਣਾ ਤਾਂ ਖਾ ਰਹੇ ਆਂ ਜੀ ਤਾਂ ਖਾਣਾ ਖਾ ਰਹੇ ਆ ਬਟ ਉਹ ਫੋਕਸ ਨਹੀਂ ਖਾ ਰਹੇ ਮੈਂ ਖਾਣਾ ਇੱਧਰ ਖਾ ਰਹੀ ਆ ਮੇਰਾ ਧਿਆਨ ਉਧਰ ਟੀਵੀ ਵੱਲ ਹੈ ਜਾਂ ਮਮਾ ਮੋਬਾਈਲ ਤੇ ਕੋਈ ਮੈਸੇਜ ਪੜਨ ਲੱਗੀ ਹੋਈ ਆ ਜੋ ਅੱਜ ਕੱਲ ਦਾ ਟ੍ਰੈਂਡ ਹੈ ਸਿੱਧਾ ਬੱਚਿਆਂ ਦਾ ਵੱਡਿਆਂ ਦਾ ਸਾਰਿਆਂ ਦਾ ਇਹ ਹੀ ਹਾਲ ਹੈ ਹਨ ਤੁਸੀਂ ਉਹਨਾਂ ਨੂੰ ਕਹੋ ਕਿ ਵੀ ਜੇ ਸਾਨੂੰ ਬਚਪਨ ਚ ਸਿਖਾਇਆ ਜਾਂਦਾ ਸੀ ਬਤੀ ਵਾਰ ਚਬਾ ਕੇ ਖਾਣਾ ਚਾਹੀਦਾ ਮੈਂ ਕਹਿੰਦੀ ਆ ਬਤੀ ਨਾਲ ਸੀ 20 ਵਾਰੀ ਚਵਾ ਲੋ ਤੁਸੀਂ ਹਨਾ ਤਾਂ ਉਹਦੇ ਨਾਲੇ ਕਿ ਮੇਰੇ ਮੂੰਹ ਚ ਥੁੱਕ ਤਾਂ ਆਵੇ ਥੁੱਕ ਤਾਂ ਮੇਰੇ ਮੂੰਹ ਚ ਆ ਨਹੀਂ ਰਿਹਾ ਹੈਨਾ ਮੈਂ ਉਹਨੂੰ ਸਿੱਧਾ ਸਿੱਧਾ ਮੂੰਹ ਪਾ ਰਹੇ ਜ਼ਬਰਦਸਤੀ ਸਿਰਫ ਖਾ ਰਹੇ ਆ ਰਹੇ ਆਂ ਔਰ ਮੈਨੂੰ ਕੋਈ ਅਦਰ ਟੇਸਟ ਵੀ ਨਹੀਂ ਆ ਰਿਹਾ ਮੈਨੂੰ ਤੁਸੀਂ ਅੱਧੇ ਲੋਕਾਂ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਕਿ ਖਾਣਾ ਕਿਦਾਂ ਦਾ ਸੀ ਨਹੀਂ ਪਤਾ ਹੋਏਗਾ ਕਿ ਖਾਣਾ ਕਿਦਾਂ ਦਾ ਸੀ ਬਿਕੋਜ਼ ਨਾ ਮੇਰਾ ਦਿਮਾਗ ਇਨਵੋਲ ਹੋਇਆ ਨਾ ਮੇਰਾ ਮੂੰਹ ਇਨਵੋਲ ਹੋਇਆ ਮੈਂ ਬਸ ਖਾਣਾ ਗਲਪ ਕਰਤਾ ਹੈ ਨਾ ਜੀ ਜਦੋਂ ਮੈਂ ਇਦਾਂ ਦਾ ਖਾਣਾ ਖਾਉਂਗੀ ਉਹ ਅੱਗੇ ਜਾ ਕੇ ਬਾਡੀ ਨੂੰ ਲੱਗੇਗਾ ਨਹੀਂ ਉਹ ਕਿਉਂਕਿ ਮੇਰੇ ਬ੍ਰੇਨ ਔਰ ਮੇਰੇ ਅੰਦਰ ਗੱਟ ਦਾ ਪੂਰਾ ਬੈਲੈਂਸ ਹੁੰਦਾ ਬ੍ਰੇਨ ਨੂੰ ਹੀ ਪਤਾ ਹੁੰਦਾ ਕਿ ਤੁਸੀਂ ਖਾਣਾ ਖਾ ਰਹੇ ਹੋ ਇਹ ਕੀ ਖਾਣਾ ਖਾ ਰਹੇ ਹੋ ਮੈਂ ਉਹਦੇ ਮੁਤਾਬਿਕ ਹੀ ਐਨਜ਼ਾਈਮ ਰਿਲੀਜ਼ ਕਰੂੰਗਾ ਜੀ ਠੀਕ ਹੈ ਜਦੋਂ ਬ੍ਰੇਨ ਨੂੰ ਪਤਾ ਹੀ ਨਹੀਂ ਲੱਗਿਆ ਉਹ ਬ੍ਰੇਨ ਤਾਂ ਵਿਵਾਸਾਵਾਸੂ ਜਾਂ ਕਿਸੇ ਨੂੰ ਹੋਰ ਨੂੰ ਦੇਖ ਰਿਹਾ ਜਾਂ ਨਿਊਜ਼ ਦੇਖ ਰਿਹਾ ਕੌਣ ਕਿੱਥੇ ਲੜ ਪਿਆ ਤੇ ਜਾ ਇੱਕ ਸਾਈਡ ਤੇ ਫੋਨ ਤੇ ਗੇਮ ਲੱਗੀ ਹੋਈ ਹੈ ਜਾਂ ਫੋਨ ਤੇ ਚੈਟ ਚੱਲ ਰਹੀ ਹੈ ਤਾਂ ਉਹ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਖਾਣਾ ਕੀ ਗਿਆ ਅੰਦਰ ਔਰ ਮੈਂ ਕੀ ਡਾਈਜੈਸਟ ਕਰਨਾ ਸੀ ਉਹ ਵੀ ਫਿਰ ਉਹ ਆਪਣਾ ਕੰਮ ਉਦਾਂ ਉਦਾਂ ਦਾ ਹੀ ਕਰਦਾ ਰਹਿੰਦਾ ਕਿਉਂਕਿ ਉਹਦਾ ਕੰਮ ਤਾਂ ਹੁਣ ਕੀ ਰਹਿ ਗਿਆ ਮੈਸੇਜ ਪੜ੍ਹਦੇ ਔਰ ਫਾਰਵਰਡ ਕਰਨੇ ਆਮਲ ਤਾਂ ਕੋਈ ਕਰਦਾ ਨਹੀਂ ਮੈਂ ਕਹਿੰਨੀ ਆ ਜਿੰਨੀਆਂ ਦੇਤੇ ਗਿਆਨ ਆਂਦਾ ਉਹਦੇ ਚੋਂ ਅਸੀਂ ਇੱਕ ਵੀ ਇੱਕ ਦਿਨ ਲਈ ਵੀ ਅਸੀਂ ਯੂਜ਼ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਤਵਿਕਤਾ ਆ ਜਾਣੀ ਚਾਹੀਦੀ ਬਟ ਹੈ ਨਹੀਂ ਹੈ ਨਾ ਉਹ ਤਾਂ ਸਿਰਫ ਹੱਥ ਅਸੀਂ ਰੱਖਿਆ ਹੋਇਆ ਫਾਰਵਰਡ ਕਰਨ ਲਈ ਪੜਨ ਲਈ that is it look ma'am ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਰੇਡੀਏਸ਼ਨ ਸਾਡੀ ਬੋਡੀ ਨੂੰ ਇਫੈਕਟ ਕਰਦੀਆਂ ਨੇ ਸੋ ਇਹ ਵੀ ਜਾਣਾਂਗੇ ਅਸੀਂ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਪਰ ਇਹ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਹੈਲਥ ਲਾਈਨ ਤੇ ਸਾਡੇ ਨਾਲ ਸ਼ੋਅ ਵਿੱਚ ਨੇ ਡਾਕਟਰ ਇੰਦਰਜੀਤ ਗੌਰ ਮੈਮ ਜੀ ਮੈਂ ਅਸੀਂ ਬ੍ਰੇਕ ਤੋਂ ਪਹਿਲਾਂ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਕਿ ਰੇਡੀਏਸ਼ਨਸ ਕਿਵੇਂ ਹਿਊਮਨ ਬਾਡੀ ਨੂੰ ਇਫੈਕਟ ਕਰਦੀਆਂ ਨੇ ਤੇ ਹੁਣ ਅਸੀਂ ਗੱਲ ਕਰ ਲੈਨੇ ਕਿ ਬੱਚਿਆਂ ਦੀ ਇਸ ਵੇਲੇ 3rd ਵੇਵ ਦੀ ਕਰੋਨਾ ਦੀ 3rd ਵੇਵ ਦੀ ਜਿਹੜੀ ਗੱਲ ਹੋਣ ਲੱਗੀ ਹੈ ਫਰਸਟ ਵੇਵ ਦੇ ਵਿੱਚ ਬਜ਼ੁਰਗਾਂ ਨੂੰ ਬਹੁਤ ਇਫੈਕਟ ਕੀਤਾ ਇਸ ਵੇਵ ਨੇ ਸੈਕੰਡ ਵੇਵ ਦੇ ਵਿੱਚ ਯੰਗਸਟਰਸ ਬਹੁਤ ਜ਼ਿਆਦਾ ਇਫੈਕਟ ਹੋਏ ਸੋ ਹੁਣ ਇਹ ਗੱਲ ਇਹ ਚਰਚਾ ਚੱਲ ਪਈ ਹੈ ਕਿ ਬੱਚੇ ਇਸ ਦੇ ਨਾਲ 3rd ਵੇਵ ਦੇ ਵਿੱਚ ਬਹੁ ਜਾਦਾ ਇਫੈਕਟ ਹੋਏਗਾ ਕਿਉਂਕਿ ਬਹੁਤ ਸਾਰੇ ਲੋਕ ਇਸ ਡਰ ਦੇ ਵਿੱਚ ਨੇ ਕਿ ਅੱਗੇ ਜੇ ਬੱਚਿਆਂ ਤੇ ਇਹ ਚੀਜ਼ ਪਹੁੰਚਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਮੁਸ਼ਕਲਾਂ ਵਾਤ ਸਕਦੀਆਂ ਨੇ ਹਮ ਅ ਇੱਥੇ ਮੈਂ ਸਭ ਤੋਂ ਪਹਿਲੇ ਇਹ ਡਿਸਕ੍ਰਾਈਬ ਕਰਨਾ ਚਾਹਾਂਗੀ ਜੋ ਆਪਾਂ ਪਹਿਲੇ ਗੱਲ ਕਰ ਰਹੇ ਸੀ ਕਿ ਮੇਰਾ 에ਅਰ ਐਲੀਮੈਂਟ ਡਿਸਟਰਬ ਹੋ ਰਿਹਾ ਹੀਟ ਪਿੱਤ ਐਲੀਮੈਂਟ ਆਯੁਰਵੇਦ ਜੇਕਰ ਅਸੀਂ ਇਹਨਾਂ ਨੂੰ ਕਰਦੇ ਆ ਜੀ ਤੋਂ 에ਅਰ ਐਲੀਮੈਂਟ ਹੋ ਗਿਆ ਵਾਤ ਪਿੱਤ ਹੋ ਗਿਆ ਗਰਮੀ ਤੀਸਰਾ ਆ ਜਾਂਦਾ ਕਫ ਐਲੀਮੈਂਟ ਹੈ ਨਾ ਤੂੰ ਆਯੁਰਵੇਦ ਚ ਬਾਈ ਡਿਫਾਲਟ ਹਰ ਚੀਜ਼ ਮੰਨੀ ਜਾਂਦੀ ਆ ਕਿ ਬਾਈ ਬਚਪਨ ਜਦੋਂ ਮੇਰੇ ਹੁੰਦਾ ਤਾਂ ਉਹ ਦੇਖੋਗੇ ਬੱਚੇ ਹੈਲਦੀ ਹੁੰਦੇ ਆ ਗੋਲੂ ਮੋਲੂ ਜੇ ਹੁੰਦੇ ਆ ਹਨ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਵੱਡੇ ਹੁੰਦੇ ਆ ਤਾਂ ਮੇਰੇ ਚ ਪਿੱਤ ਦਾ ਕਾਲ ਆਂਦਾ ਪਿੱਤ ਮੈਂ ਐਗਰੈਸਿਵ ਹੋਣਾ ਮੇਰੀ ਗ੍ਰੋਥ ਹੁੰਦੀ ਹੈ ਮੇਰੇ ਕੋਲ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਕਰਨ ਲਈ ਸੋ ਮੇਰਾ ਇੱਕ ਐਗਰੈਸ਼ਨ ਆਂਦਾ ਹੈ ਨਾ ਮੇਰੀ ਬਾਡੀ ਚ ਫਿਰ ਜਦੋਂ ਮੈਂ ਮੇਰੇ ਸਾਰੇ ਕੰਮ ਖਤਮ ਹੋ ਜਾਂਦੇ ਆ ਦੈਨ ਆਈ ਬਿਕਮ ਵਾਤਿਕ ਬਾਤਿਕ ਕੀ ਹੈ ਕਿ ਮੇਰੀ ਹੁਣ ਡੀਜਨਰੇਸ਼ਨ ਸ਼ੁਰੂ ਹੋ ਜਾਂਦੀ ਹੈ ਹੈਨਾ ਬਾਤ ਬਿਕਮਸ ਡੀਜਨਰੇਟਿਵ ਪਹਿਲੀ ਵੇਵ ਆਈ ਉਹ ਉਸ ਟਾਈਮ ਉਹ ਵੀ ਮਾਈਲਡ ਸੀ ਠੀਕ ਹੈ ਤਾਂ ਉਹਨੇ ਉਹਨਾਂ ਲੋਕਾਂ ਨੂੰ ਇਫੈਕਟ ਕੀਤਾ ਜੋ 올ਡ ਏਜ ਦੇ ਸੀ 올ਡ ਏਜ ਕੀ ਹੈ ਜਿਸ ਤਰ੍ਹਾਂ ਬਜ਼ੁਰਗ ਹੈਗੇ ਆ ਹੈਨਾ ਉਹਨਾਂ ਦੇ ਵੀ ਬਾਇ ਡਿਫਾਲਟ ਅਸੀਂ ਹਾਇਰ ਵਿੱਚ ਕਹਿੰਦੇ ਆ ਕਿ 60 ਤੋਂ ਬਾਅਦ ਬਾਤ ਪ੍ਰਕੋਪ ਸ਼ੁਰੂ ਹੋ ਜਾਂਦਾ ਹੈ ਬਾਤ ਪ੍ਰਕੋਪ ਕੀ ਹੈ ਮੇਰੀ ਬਾਡੀ ਸ਼੍ਰਿੰਕ ਸ਼ੁਰੂ ਹੋ ਜਾਂਦੀ ਹੈ ਹਾਈਪਰ ਐਕਟੀਵੇਸ਼ਨ ਹੋ ਜਾਂਦੀ ਹੈ ਤੁਸੀਂ ਦੇਖੋਗੇ ਜਦੋਂ ਬਜ਼ੁਰਗ ਹੁੰਦੇ ਆ ਅਸੀਂ ਇੱਕ ਗੱਲ ਬਾਰ-ਬਾਰ ਕਹਿੰਦੇ ਆ ਹੈਨਾ ਫੋਰਗੇਟਫੁਲਨੈਸ ਆ ਜਾਂਦੀ ਹੈ ਭੁੱਲਣਾ ਸ਼ੁਰੂ ਹੋ ਜਾਂਦੇ ਆ ਉਹ ਕੀ ਹੈ ਕਿ ਜਦੋਂ ਡਰਾਈਨੈਸ ਮੇਰੀ ਬਾਡੀ ਚ ਆਂਦੀ ਹੈ ਮੇਰੇ ਸਾਰੇ ਅੰਗ ਪੈਰ ਵੀ ਡਰਾਈ ਹੋ ਕੇ ਸ਼੍ਰਿੰਕ ਹੋਣਾ ਸ਼ੁਰੂ ਹੋ ਜਾਂਦੇ ਆ ਸੋ ਇਹਦੇ ਚ ਵੀ ਕੀ ਹੋਇਆ ਕਿ ਇਹਨਾਂ ਨੇ ਪਹਿਲੇ ਉਹਨੂੰ ਬਾਤ ਪ੍ਰਕੋਪ ਜ਼ਿਆਦਾ ਹੋਇਆ ਸੋ ਇਹਨੇ ਉਹਨੂੰ ਇਫੈਕਟ ਕਰਨਾ ਸ਼ੁਰੂ ਕੀਤਾ ਦਿਨ ਇੱਥੇ ਤੁਸੀਂ ਦੇਖੋਗੇ ਕਿ ਇੱਥੇ ਜੋ ਯੰਗ ਲੋਕ ਜ਼ਿਆਦਾ ਹੋਏ ਤਾਂ ਇਹ ਤੁਸੀਂ ਸੋਚੋ ਕਿ ਉਹਦੇ ਨਾਲ ਜੋ ਅਸੀਂ ਕਹਿ ਰਹੇ ਹਾਂ ਕਿ 5G ਜਾਂ 4G ਵੀ ਇਵਨ ਸੋਚ ਲੋ ਕਿ ਲੋਕ ਨਹੀਂ ਹਲੇ ਮੰਨਦੇ ਤਾਂ ਰੇਡੀਏਸ਼ਨਸ ਦੇ ਨਾਲ ਪਿਤ ਪ੍ਰਕੋਪ ਹੋਇਆ ਪਿਤ ਪ੍ਰਕੋਪ ਕਿਸ ਤਰ੍ਹਾਂ ਹੋਇਆ ਕਿ ਮੈਂ ਲਾਕਡਾਊਨ ਚ ਸੀ ਮੇਰਾ ਫ੍ਰਸਟ੍ਰੇਸ਼ਨ ਲੈਵਲ ਵਧਿਆ ਹੈ ਨਾ ਜੀ ਤਾਂ ਮੇਰਾ ਫ੍ਰਸਟ੍ਰੇਸ਼ਨ ਲੈਵਲ ਵਧਿਆ ਮੇਰੇ ਕੋਲ ਹੋਰ ਪ੍ਰੋਬਲਮ ਸੀਗੀਆਂ ਜਿਹਦੇ ਨਾਲ ਮੈਨੂੰ ਆਪਣੇ ਆਪ ਚ ਪ੍ਰੋਬਲਮ ਆਈ ਤਾਂ ਯੰਗ ਜਨਰੇਸ਼ਨ ਇਫੈਕਟ ਹੋਈ ਕਿਉਂਕਿ ਉਹਦੇ ਕੋਲ ਉਹਦਾ ਦੇ এনवायरमेंट ਉਹਨੂੰ ਮਿਲਿਆ ਜਿਹਨੇ ਉਹਨੂੰ ਇਫੈਕਟ ਕੀਤਾ ਹੈ ਨਾ ਜੀ 1 ਸਾਲ ਤੋਂ ਕੀ ਚੱਲ ਰਿਹਾ ਬੱਚੇ ਖਰਚ ਮੋਬਾਈਲ ਤੇ ਕਲਾਸਿਸ ਲਗਾ ਰਹੇ ਨੇ ਗੈਜਟਸ ਯੂਜ਼ ਕਰ ਰਹੇ ਨੇ ਗੈਜਟਸ ਯੂਜ਼ ਕਰ ਰਹੇ ਆ ਖੇਲ ਵੀ ਉੱਥੇ ਹੀ ਰਹੇ ਆ ਉਹਨਾਂ ਦਾ ਬਾਹਰ ਆਊਟਡੋਰ ਐਕਟੀਵਿਟੀਆਂ ਬਹੁਤ ਥੋੜੇ ਬੱਚਿਆਂ ਕੋਲ ਨਹੀਂ ਸਪੇਸ ਹੈ ਕਿ ਆਊਟਡੋਰ ਐਕਟੀਵਿਟੀਆਂ ਕਰ ਕਰ ਸਕਦੇ ਆ ਤਾਂ ਉੱਥੇ ਕੀ ਹੋ ਰਿਹਾ ਕਿ ਹੁਣ ਇੰਨਾ ਕੋਨਾਂ ਦੇ ਅੰਦਰ ਡਰਾਇਨੈਸ ਹੋ ਗਈ ਹੈ ਬੱਚਿਆਂ ਦੇ ਅੰਦਰ ਕਿ ਨਾਉ ਦੇ ਕੈਨ ਬੀ ਟਾਰਗੇਟਡ ਈਜ਼ੀਲੀ ओके okay. क्योंकि एक साल मैं जो दास्त्रियां के एक साल ਦੇ ਅੰਦਰ ਮੈਂ ਕਲਾਸਿਸ 5-5 ਘੰਟੇ ਅਗਰ ਬੱਚਿਆਂ ਨੇ ஆன்ਲਾਈਨ ਅਟੈਂਡ ਕੀਤੀਆਂ ਫੋਨ ਤੇ ਯੂਜ਼ ਕੀਤੀਆਂ ਫੋਨ ਤੇ ਯੂਜ਼ ਕੀਤੀਆਂ ਜਾਂ ਗੈਜਟ ਯੂਜ਼ ਕੀਤਾ ਕੋਈ ਵੀ ਯੂਜ਼ ਕੀਤਾ ਤਾਂ ਉਹ ਰੇਡੀਏਸ਼ਨਸ ਨੇ ਉਹਨਾਂ ਦੇ ਬੋਡੀ ਦੇ ਅੰਦਰ ਦਾ ਮੌਇਸਚਰ ਘੱਟ ਕੀਤਾ ਤਾਂ ਇੱਥੇ ਸਭ ਤੋਂ ਜ਼ਿਆਦਾ ਕਿਉਂਕਿ ਛੋਟੇ ਬੱਚੇ ਹੈ ਹੈਨਾ ਬੱਚੇ ਕੋਈ ਵੀ ਹੈ ਤੋ ਇੱਥੇ ਤੁਸੀਂ ਦੇਖੋ ਕਿ ਅੱਜਕਲ ਮਾਪੇ ਦਾ ਕੀ ਰੋਲ ਹੁੰਦਾ ਹੈ ਇੱਥੇ ਮਾਪੇ ਕੀ ਕਰਦੇ ਆ ਆਪਣਾ ਕੰਮ ਕਰਨ ਲਈ ਬੱਚੇ ਦੇ ਹੱਥ 'ਚ ਗੈਜੇਟ ਫੜਾ ਦਿੰਦੇ ਆ ਫਿਜ਼ੀਕਲ ਐਕਟੀਵਿਟੀ ਵੀ ਬੱਚੇ ਦੀ ਪਹਿਲੇ ਨਾਲੋਂ ਬਹੁਤ ਜ਼ਿਆਦਾ ਘੱਟ ਗਈ ਤੁਸੀਂ ਬਹੁਤ ਘੱਟ ਬੱਚਾ ਨੂੰ ਦੇਖੋਗੇ ਕੋਈ ਗਰਾਊਂਡ 'ਚ ਖੇਲ ਰਿਹਾ ਹੈ ਤੁਸੀਂ ਬੱਚਾ ਨੂੰ ਕਹੋ ਕਿ ਵੀ ਪੌਦਿਆਂ 'ਚ ਪਾਣੀ ਪਾ ਦਿਓ ਇਦਾਂ ਦੀਆਂ ਐਕਟੀਵਿਟੀਆਂ ਤੁਹਾਨੂੰ ਬੱਚਾ ਨੂੰ ਇਨਵੋਲ ਰੱਖਣਾ ਚਾਹੀਦਾ ਤਾਂ ਕਿ ਬੱਚਿਆਂ ਦੀ ਗਰੋਥ ਹੁਣ ਜਿੰਨਾ ਤੋਂ ਉਹਨਾਂ ਦਾ ਐਕਸਪੋਜ਼ਰ ਇਨਾਂ ਰੇਡੀਏਸ਼ਨਸ ਨੂੰ ਹੋਏਗਾ ਉਹਨਾਂ ਦਾ ਬ੍ਰੇਨ ਦਾ ਵਿਕਾਸ ਉਹਨਾਂ ਹੀ ਘਟ ਹੋਏਗਾ ਕਿਉਂਕਿ ਹੀਟ ਤਾਂ ਹਰ ਚੀਜ਼ ਨੂੰ ਡਰਾਈ ਕਰੇਗੀ ਕਰੇਗੀ ਜੀ ਤੁਸੀਂ ਉਹਨਾਂ ਨੂੰ ਕਿੰਨਾ ਪਾਣੀ ਪਿਲਾਇ ਜਾਓਗੇ ਹੈਨਾ ਤੁਸੀਂ ਕਿੰਨਾ ਪਾਣੀ ਪਿਲਾ ਦੋਗੇ ਨਾ ਬੱਚੇ ਨੂੰ ਇੱਕ ਬੱਚਿਆਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਉਹਨਾਂ ਦੀ ਉਹਨੀ ਉਮਰ ਹੋਈ ਨਹੀਂ ਹਲੇ ਕਿ ਉਹ ਇੰਨਾ ਸਮਝ ਸਕਣ ਇਹ ਸਮਝਣਾ ਤਾਂ ਸਾਨੂੰ ਹੀ ਪਵੇਗਾ ਪੇਰੈਂਟਸ ਨੂੰ ਸਮਝਣਾ ਪਵੇਗਾ ਏ টিਚਰਸ ਨੂੰ ਸਮਝਣਾ ਪਵੇਗਾ ਤੋਂ ਇਸ ਲਈ ਕਿਉਂਕਿ ਇੱਕ ਸਾਲ ਤੋਂ ਉਹ ਪ੍ਰਿਪੇਅਰ ਹੋ ਗਏ ਬੱਚੇ ਤੁਹਾਡਾ ਇਸ ਕਰੋਨਾ ਦੀ ਬੀਹਵ ਨੂੰ ਉਹਦੇ ਲਈ ਦੇ ਆ ਦਾ ਕੋਰਡੀਅਲ এনਵਾਇਰਨਮੈਂਟ ਬਿਲਕੁਲ ਕਿ ਉਸ ਉਸ ਨੂੰ ਜ਼ਿਆਦਾ ਇਫੈਕਟ ਕਰੇਗੀ ਲਾਈਕ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਉਸ ਤੋਂ ਬਾਅਦ ਐਕਟੀਵਿਟੀਆਂ ਬੱਚਿਆਂ ਦੀਆਂ ਐਵੇਂ ਦੀਆਂ ਹੋ ਗਈਆਂ ਕਿ ਇਨਡੋਰ ਹੈ ਕਿ ਹੁਣ ਉਹ ਇਫੈਕਟ ਹੋਣਗੇ ਤੀਸਰੀ ਬੀਬੀ ਦੇ ਆ ਕਿਉਂਕਿ ਅੰਦਰ ਰਹਿ ਰਹਿ ਕੇ ਉਹਨਾਂ ਦੀ ਇਮਿਊਨਿਟੀ ਵੀ ਘਟ ਜਾਂਦੀ ਆ ਜਿੰਨਾ ਮੈਂ ਏਅਰ ਮੈਂ ਬਾਹਰ ਜਾਊਂਗਾ ਜਿੰਨਾ ਮੈਂ ਖੇਡੂਗਾ ਕੁੱਦੂਗਾ ਮੇਰੇ ਉਨੀ ਐਕਟੀਵਿਟੀਆਂ ਜ਼ਿਆਦਾ ਹੋਣਗੀਆਂ ਘਰ 'ਚ ਰਹਿ ਕੇ ਇੱਕ ਬੱਚਾ ਕਿੰਨਾ ਖੇਲ ਸਕਦਾ ਇੱਕ ਤਾਂ ਫਰਸਟ੍ਰੇਸ਼ਨ ਲੈਵਲ ਬਚਾਂ ਦਾ ਉਹਨਾਂ ਦੀ એનર્ਜੀ ਯੂਜ਼ ਨਹੀਂ ਹੋ ਰਹੀ ਤੋਂ ਉਹ ਇਸ ਲਈ ਸੌਫਟ ਟਾਰਗੇਟ ਹੋਣ ਬਣ ਰਹੇ ਆ ਬੱਚੇ ਸੋ ਹੁਣ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਵੇਂ ਬਚਿਆ ਜਾ ਸਕਦਾ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਬਰੇਕ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਰੇਡੀਏਸ਼ਨਸ ਕਿਵੇਂ ਸਾਡੀ ਬੋਡੀ ਨੂੰ ਇਫੈਕਟ ਕਰਨ ਗਿਆ ਇੱਕ ਤਾਂ ਉਹਨਾਂ ਰੇਡੀਏਸ਼ਨਸ ਤੋਂ ਅਸੀਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਆ ਦੂਸਰੀ ਮੇਨ ਏ ਹੈ ਕਿ ਪੇਰੈਂਟਸ ਜ਼ਰੂਰ ਇਹ ਜਾਣਨਾ ਚਾਹਣਗੇ ਕਿ ਹੁਣ ਜੇ ਥਰਡ ਵੇਵ ਦਾ ਹੁਣ ਸਭ ਨੂੰ ਡਰ ਹੈ ਕਿ ਬੱਚੇ ਉਸ ਨੂੰ ਇਫੈਕਟ ਬੱਚਿਆਂ ਨਾਲ ਬੱਚਿਆਂ ਉੱਤੇ ਬਹੁਤ ਜ਼ਿਆਦਾ ਹੋਏਗਾ ਤੇ ਕਿਵੇਂ ਬੱਚਿਆਂ ਨੂੰ ਉਸ ਤੋਂ ਬਚਾਇਆ ਜਾ ਸਕਦਾ ਬਿਲਕੁਲ ਮੈਂ ਹਾਂ ਮੈਂ ਈਸੀ ਚੀਜ਼ ਤੇ ਮੈਂ ਫੋਕਸ ਕਰ ਰਹੀ ਹਾਂ I've been writing blogs on that ਕਿ ਬੱਚਾ ਨੂੰ ਤੁਸੀਂ ਕਿਸ ਤਰ੍ਹਾਂ ਬਚਾਓ ਸਭ ਤੋਂ ਪਹਿਲੇ ਤਾਂ ਤੁਸੀਂ ਬੱਚਿਆਂ ਦੇ ਨਾਭੀ ਔਰ ਮੱਥੇ ਤੇ ਆਇਲ ਜ਼ਰੂਰ ਲਗਾਣਾ ਚਾਹੀਦਾ ਜਿੰਨੀ ਵੀ ওপਨਿੰਗਸ ਐ ਮੇਰੀਆਂ ਕੰਨ ਹੈ ਜਾਂ ਕੁਝ ਵੀ ਹੈ ਜਸਟ ਅਪਲਾਈ ਜੋ ਵੀ ਆਇਲ ਤੁਹਾਡੇ ਕੋਲ ਹੈਗਾ ਉਹਨਾਂ ਦੀ ਨਾਭੀ ਤੇ ਜ਼ਰੂਰ ਆਇਲ ਅਪਲਾਈ ਕਰਨਾ so that ਮੇਰੇ ਐਟਲੀਸਟ ਮੇਰੀ ਬੋਡੀ ਡੀਹਾਈਡਰੇਟ ਕਿਉਂਕਿ ਇਹ ਪੋਰਸ ਇਹ ਮੇਰੀ ওপਨਿੰਗਸ ਹੈ ਜਿਹੜੀ ਓਪਨਿੰਗਸ ਹੈ ਜਿੱਥੋਂ ਮੇਰਾ ਮੋਇਸਚਰ ਨਿਕਲਦਾ ਹੈ ਨਾ ਤਾਂ ਅਸੀਂ ਇਹਨੂੰ ਡੇਲੀ ਮੋਇਸਚਰਾਈਜ਼ ਕਰਨਾ ਹੈ ਬੱਚਿਆਂ ਨੂੰ 10 ਬੂੰਦਾ ਬਦਾਮ ਰੋਗਨ ਦੀਆਂ ਜ਼ਰੂਰ ਦੇਣ ਬੱਚਿਆਂ ਦੇ ਲਈ ਸਭ ਤੋਂ ਅੱਛਾ ਜੋ ਨਿਊਟ੍ਰੀਸ਼ਨ ਹੈ ਉਹ ਸੂਜੀ ਦਾ ਹਲਵਾ ਹੈ ਤੋ ਬਤ ਇੱਕ ਵਾਰ ਤਾਂ ਤੁਸੀਂ ਜ਼ਰੂਰ ਉਹਨੂੰ ਦਲੀਆ ਬਣਾ ਕੇ ਦੇ ਦਿਓ ਦੇਸੀ ਕੀਚ ਪੁੰਨ ਕੇ ਦਲੀਆ ਬਣਾ ਕੇ ਦੇ ਦਿਓ ਜਾਂ ਫਿਰ ਉਹਨਾਂ ਨੂੰ ਸੂਜੀ ਦਾ ਹਲਵਾ ਤੁਸੀਂ ਦੇ ਲਈ ਦਿਓ ਜੋ ਅਸੀਂ ਵੀ ਬਚਪਨ ਚ ਲੈਂਦੇ ਸੀ ਘਾਂਸੀ ਜ਼ੁਖਾਮ ਹੁੰਦਾ ਸੀ ਮੰਮੀ ਉਹਨੇ ਕਿੱਦੇ ਦਵਾਈ ਦਿੰਦੇ ਸੀ ਦੇਸੀ ਕੀ ਦਾ ਸੂਜੀ ਦਾ ਹਲਵਾ ਬਣਾ ਕੇ ਦੇ ਦਿੰਦੇ ਉਹਨੂੰ ਸੀਰਾ ਕਹਿੰਦੇ ਸੀ ਪੰਜਾਬੀ ਚ ਸੀਰਾ ਹੈ ਉਹਦੇ ਚ ਦੋ ਤਿੰਨ ਕਾਲੇ ਮਿਰਚ ਪੀਸ ਕੇ ਪਾ ਦਿਓ ਤਾਂ ਕਿ ਮੇਰੀ ਡਾਈਜੈਸ਼ਨ ਠੀਕ ਹੋਵੇ ਚਾਰ ਪੰਜ ਕਿਸ਼ਮਿਸ਼ ਪਾ ਦਿਓ ਦੋ ਤਿੰਨ ਬਦਾਮ ਉਹਦੇ ਚ ਪੀਸ ਕੇ ਪਾ ਦਿਓ ਬੱਚਾ ਨੂੰ 10 ਬੂੰਦਾ ਬਦਾਮ ਰੋਗਨ ਦੀਆਂ ਡੇਲੀ ਦੁੱਧ ਦੁੱਧ ਚ ਔਰ ਹਲਦੀ ਵਾਲੇ ਦੁੱਧ ਚ ਮਿਲਾ ਕੇ ਜ਼ਰੂਰ ਦੋ ਔਰ ਜਿੱਥੇ ਉਹ ਬੈਠ ਕੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿੱਥੇ ਉਹ ਬੈਠ ਕੇ ਆਪਣੇ ਕੰਪਿਊਟਰ ਦੇ ਕਲਾਸਿਸ ਵਗੈਰਾ ਅਟੈਂਡ ਕਰਦੇ ਆ ਉੱਥੇ ਤੁਸੀਂ ਇੱਕ ਪੂਰਾ ਪੌਟ ਭਰ ਕੇ ਪਾਣੀ ਦਾ ਜ਼ਰੂਰ ਰੱਖੋ ਜੀ ਤਾਂ ਕਿ ਮੇਰੇ ਆਸ-ਪਾਸ ਮੋਇਸਚਰ ਡਿਪਲੀਟ ਨਹੀਂ ਹੋਣਾ ਚਾਹੀਦਾ ਉਹ ਉੱਥੇ ਪਾਣੀ ਰੱਖੋ ਤੁਸੀਂ ਇਹ ਦੇਖੋਗੇ ਕਿ ਜਦੋਂ ਆਪਾਂ AC ਚਲਾਣਿਆ ਹੈ ਨਾ ਹੀਟਰ ਚਲਾਣਿਆ ਉਦੋਂ ਆਪਾਂ ਪਾਣੀ ਜ਼ਰੂਰ ਰੱਖਦੇ ਆ ਤਾਂ ਕਿ ਮੇਰੀ ਬਾਡੀ ਦਾ ਮੋਇਸਚਰ ਨਾ ਜਾਵੇ ਤੋਂ ਉਹੀ ਚੀਜ਼ ਇੱਥੇ ਵੀ ਜ਼ਰੂਰ ਕਰਨੀ ਆ ਕਿ ਅਸੀਂ ਪਾਣੀ ਜ਼ਰੂਰ ਰੱਖਣਾ ਤਾਂ ਕਿ ਜਿਹੜੀਆਂ ਰੇਡੀਏਸ਼ਨਸ ਹੀਟ ਪ੍ਰੋਡਿਊਸ ਕਰਦੀਆਂ ਉਹਨਾਂ ਦਾ ਇਫੈਕਟ ਘਟ ਕਰਨ ਉਹਨਾਂ ਦਾ ਇਫੈਕਟ ਨਲਿਫਾਈ ਹੋ ਜਾਏ ਔਰ ਬੱਚਿਆਂ ਨੂੰ ਪਲਾਂਟੇਸ਼ਨਸ ਨੂੰ ਜ਼ਰੂਰ ਇਨਵੋਲ ਕਰਨਾ ਹੈ ਅਰਥ ਐਲੀਮੈਂਟ ਦੇ ਨਾਲ ਜ਼ਰੂਰ ਜੋੜਨ ਅਰਥ ਐਲੀਮੈਂਟ ਦੇ ਨਾਲ ਕਿਸ ਤਰ੍ਹਾਂ ਜਗਾ ਉਹਨਾਂ ਨੂੰ ਗਾਰਡਨਿੰਗ ਲਗਾਉਣ ਉਹਨਾਂ ਨੂੰ ਕਹਿਣਾ ਇੱਕ ਛੋਟੇ ਜਿਹੇ ਉਹਨਾਂ ਨੂੰ ਪਾਟਸ ਲਿਆ ਕੇ ਦੇਣਾ ਵੀ ਇਹਦੇ ਵਿੱਚ ਤੁਸੀਂ ਹੀ ਪਲਾਂਟਸ ਲਗਾਣੇ ਆ ਇਹਨਾਂ ਨੂੰ ਤੁਸੀਂ ਕੇਅਰ ਕਰਨੀ ਆ ਤੁਸੀਂ ਇਹਨਾਂ ਦੀ ਕੇਅਰ ਕਰਨਾ ਤੁਸੀਂ ਪਾਣੀ ਵੀ ਇਹਨਾਂ ਨੂੰ ਤੁਸੀਂ ਦੇਣਾ ਇਹਨਾਂ ਨੂੰ ਗਰੋ ਹੋਣ ਦੇ ਦੇਖਣਾ ਫਿਰ ਇਹਦੇ ਵਿੱਚ ਮਤਲਬ ਅਸੀਂ ਉਹਨਾਂ ਦੀ એનર્ਜੀ ਨੂੰ ਥੋੜਾ ਜਿਆਦਾ ਪੋਜ਼ਿਟਿਵ ਸਾਈਡ ਤੇ ਅਰਥ ਐਲੀਮੈਂਟ ਅਰਥ ਐਲੀਮੈਂਟ ਕਿਉਂ ਮੈਂ बार-बार बोलਦੀ ਹਾਂ ਕਿਉਂਕਿ ਅਰਥ ਐਲੀਮੈਂਟ ਹੈ ਜੋ ਮੈਨੂੰ ਤੁਹਾਡੇ ਨਾਲ ਜੋੜ ਕੇ ਰੱਖਦਾ ਅਰਥ ਐਂਡ ਵਾਟਰ ਐਲੀਮੈਂਟ ਹੈ ਜੋ ਸਨੇਹ ਲਈ ਕੰਮ ਕਰਦੇ ਆ ਜੀ ਜੋ ਸਨੇਹ ਮੇਰੀ ਬਾਡੀ ਚ ਮੌਇਸਚਰ ਜਿਹੜੀ ਹੈ ਉਹਨੂੰ ਜੋੜਨ ਦਾ ਕੰਮ ਕਰਦਾ ਸੋ ਇਸ ਲਈ ਬੱਚਿਆਂ ਨੂੰ ਵੀ ਔਰ ਬੱਚਿਆਂ ਨੂੰ ਹੱਗ ਕਰੋ ਪੈਰੈਂਟਸ ਮੈਂ ਦੇਖਦੀਆਂ ਖੁਦ ਹੀ ਚਿਹਰੇ ਰਹਿੰਦੇ ਹਨ ਬੱਚੇ ਕੋਈ ਨੇੜੇ ਆਂਦਾ ਤਾਂ ਉਹਨੂੰ ਧੱਕਾ ਮਾਰਦੇ ਪੈਰੈਂਟਸ ਆਪਣੇ ਲੱਗ ਫੋਨ ਤੇ ਲੱਗੇ ਹੋਏ ਆ ਬੱਚੇ ਆਪਣੇ ਲੱਗ ਫੋਨ ਤੇ ਰੱਖਿਆ ਬੱਚਿਆਂ ਲੱਗ ਫੋਨ ਤੇ ਰੱਖਿਆ ਬੱਚਿਆਂ ਦੇ ਲਈ ਜ਼ਰੂਰ ਟਾਈਮ ਲਗਾਓ ਇਫ ਯੂ ਆ ਰੀਲੀ ਵਰਡ ਅਬਾਊਟ ਯਰ ਚਿਲਡਰਨ ਤੋ ਬੱਚਿਆਂ ਦੇ ਲਈ ਜ਼ਰੂਰ ਇੱਕ ਘੰਟਾ ਸਪੈਂਡ ਕਰੋ ਉਹ ਜਿਸ ਤਰ੍ਹਾਂ ਦੀ ਵੀ ਗੇਮ ਤੁਹਾਡੇ ਨਾਲ ਖੇਲਨੀ ਚਾਹੁੰਦੇ ਆ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਗੇਮ ਖੇਡੋ ਬੱਚਿਆਂ ਦੇ ਨਾਲ ਇਨਵੋਲਵ ਹੋ ਹੱਗ देम ਉਹਨਾਂ ਨੂੰ ਉਹਨਾਂ ਨੂੰ ਇਸ ਟਾਈਮ ਜੋ ਜ਼ਰੂਰਤ ਹੈ ਉਹਨਾਂ ਨੂੰ ਤੁਹਾਡੇ ਪੈਸੇ ਦੀ ਇਹ ਗੈਜਟਸ ਦੀ ਜ਼ਰੂਰਤ ਨਹੀਂ ਆ ਉਹਨਾਂ ਨੂੰ ਇੱਕ ਤੁਹਾਡੀ ਕੇਅਰ ਦੀ ਅਸਲ ਅਸਲ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ yes i am important for you ਹਾਂ ਜੀ ਜਿੰਨਾ ਤੁਸੀਂ ਉਹਨਾਂ ਨੂੰ ਅਟੈਚਡ ਰੱਖੋਗੇ ਤੁਹਾਡੇ ਬੱਚੇ ਉਹਨੇ ਹੈਲਦੀ ਹੋਣਗੇ ਜੀ ਮੈਮ ਅਖੀਰ ਵਿੱਚ ਇੱਕ ਇਹ ਚੀਜ਼ ਜ਼ਰੂਰ ਦੱਸੋ ਕਿ ਜਿਵੇਂ ਤੁਸੀਂ ਕਿ ਰੇਡੀਏਸ਼ਨ ਕਿਵੇਂ ਇਫੈਕਟ ਕਰਦੀਆਂ ਘਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਆਆਂ ਜੇ ਅਸੀਂ ਫੋਨ ਯੂਜ਼ ਨਾ ਕਰੀਏ ਲੈਪਟਾਪ ਯੂਜ਼ ਨਾ ਕਰੀਏ ਜਿਵੇਂ ਟੀਵੀ ਨੂੰ ਥੋੜਾ ਅਵੋਇਡ ਕਰ ਲਈਏ ਉਸ ਦੇ ਬਾਵਜੂਦ ਵੀ ਹਰ ਚੀਜ਼ ਦੀ ਜਿਹੜੀ ਰੇਡੀਏਸ਼ਨ ਆ ਉਹ ਹਿਊਮਨ ਬਾਡੀ ਨੂੰ ਇਫੈਕਟ ਕਰਦੀ ਹੈ ਸੋ ਅ ਅਖੀਰ ਵਿੱਚ ਜਾਣਨ ਦੇ ਇਹ ਜ਼ਰੂਰ ਦੱਸੋ ਕਿ ਕਿਹੜੇ ਕਿਸ ਤਰੀਕੇ ਨਾਲ ਆਪਣੇ ਆਪ ਦਾ ਧਿਆਨ ਰੱਖਿਆ ਜਾ ਸਕਦਾ ਹੈ ਕਿ ਇਹਨਾਂ ਚੀਜ਼ਾਂ ਦੇ ਇਫੈਕਟ ਨੂੰ ਅਸੀਂ ਘਟਾ ਸਕੀਏ ਹਾਂ ਉਹਦੇ ओपनिंग्स ਤੇ ਹੋਇਲ ਜ਼ਰੂਰ ਲਗਾਉਣਾ ਅ ਯੂ ਵਿਲ ਬੀ ਸਰਪ੍ਰਾਈਜ਼ਡ ਦਿਸ ਇਜ਼ ਮਾਈ ਬੁੱਕ ਜੋ ਮੈਰੀਕਲ ਮੈਰੀਕਲ 2016 ਚ ਮੈਂ ਕੰਬਾਈਨ ਕਰਕੇ ਆਪਣੇ ਪੇਸ਼ੈਂਟਸ ਦੀ ਰਿਸਰਚ ਦੇ ਨਾਲ ਲਿਖੀ ਸੀ ਔਰ ਇਹਦੇ ਚ ਮੈਂ ਸਾਰੀਆਂ ਚੀਜ਼ਾਂ ਦਸੀਆਂ ਹੈ ਇੱਕ ਤੁਸੀਂ ਬ੍ਰੇਨ ਟੋਨਿਕ ਜ਼ਰੂਰ ਕੁਛ ਨਾ ਕੁਛ ਆਪਣਾ ਲੈਣਾ ਹੈ ਉਹਦੇ ਚ ਤੁਸੀਂ ਬੜਾ ਅੱਛਾ ਜਿਹਾ ਮੈਂ ਮਿਕਸਚਰ ਇੱਕ ਆਪਣੀ ਮੇਰੀ ਸਾਈਟ ਤੇ ਵੀ ਪਾਇਆ ਹੋਇਆ ਕਿ ਬਦਾਮ ਕਿਸ਼ਮਿਸ਼ ਔਰ ਉਹਦੇ ਚ ਖਸ ਖਸ ਜੀ ਛੋਟੀ ਇਲਾਇਚੀ ਸੌਫ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇੱਕ ਚਮਚ ਡੇਲੀ ਲੈਂਦੇ ਰਹਿੰਦੇ ਹੋ ਤਾਂ ਤੁਹਾਡੀ ਬੋਡੀ ਦਾ ਜੋ ਮੈਰੀ ਨਿਊਟ੍ਰੀਸ਼ਨ ਹੈ ਜਿਹੜੀ ਉਹ ਉਹ ਮੈਨੂੰ ਸਫੀਸ਼ੀਐਂਟ ਮਿਲਦੀ ਰਹੇਗੀ ਪਾਣੀ ਜ਼ਰੂਰ ਬਾਉਲ ਪਰ ਕੇ ਆਪਣੇ ਘਰ ਦੇ ਸੈਂਟਰ ਚ ਰੱਖੋ ਚਾਰ ਪੰਜ ਪਲਾਂਟਸ ਜ਼ਰੂਰ ਹੋਣੇ ਚਾਹੀਦੇ ਆ ਤੁਹਾਡੇ ਘਰ ਦੇ ਅੰਦਰ ਔਰ ਉਹਨਾਂ ਨੂੰ ਚੇਂਜ ਕਰਦੇ ਰਹੋ ਔਰ ਕਰਜਨਾ ਸਿੰਪਲ ਨਮਕ ਦਾ ਪੋਚਾ ਜ਼ਰੂਰ ਲਗਾਓ ਕਿਉਂਕਿ ਉਹ ਸਾਰਾ ਰੇਡੀਏਸ਼ਨਸ ਨੂੰ ਕਲੀਨ ਕਰ ਦਿੰਦਾ ਤੇ ਇੰਨਿਆਂ ਕਿ ਜਿੰਨੀਆਂ ਇਹ ਅਗਰ ਇੰਨੀਆਂ ਵੀ ਕੋਈ ਫੋਲੋ ਕਰ ਲੈਂਦਾ ਪਾਣੀ ਮੈਨੂੰ ਖੂਬ ਪੀਣਾ ਚਾਹੀਦਾ ਔਰ ਅੱਛਾ ਸਭ ਤੋਂ ਜ਼ਿਆਦਾ ਇਹ ਕਿ ਜ਼ਰੂਰਤ ਲੋਕ ਦਿਨ ਪਰ ਪਾਣੀ ਪਿੰਦੇ ਆ ਰਾਤ ਨੂੰ ਨਹੀਂ ਪਿੰਦੇ ਆ ਜਦ ਕਿ ਮੇਰੇ ਜਿਹੜਾ ਮੈਟਾਬੋਲਿਜ਼ਮ ਦਾ ਸਿਸਟਮ ਜਿਹੜਾ ਚੱਲਦਾ ਹੈ ਉਹ ਰਾਤ ਨੂੰ ਐਬਜ਼ਾਰਪਸ਼ਨ ਜਿਹੜੀ ਆ ਰਾਤ ਨੂੰ ਹੁੰਦੀ ਆ ਤੁਸੀਂ ਦੇਖੋਗੇ ਪਲਾਂਟਸ ਰਾਤ ਨੂੰ ਐਬਜ਼ਾਰਬ ਨਹੀਂ ਕਰਦੇ ਉਹ ਦਿਨ ਚ ਐਬਜ਼ਾਰਬ ਕਰਦੇ ਆ ਔਰ ਮੇਰੀ ਬਾਡੀ ਰਾਤ ਨੂੰ ਐਬਜ਼ਾਰਬ ਕਰਦੀ ਆ ਦਿਨ ਚ ਮੈਂ ਜਿੰਨਾ ਮਰ ਪਾਣੀ ਪੀਣੀ ਆ ਮੇਰੇ ਫਲੈਂਕਸ ਮਤਲਬ ਇੱਧਰ ਉੱਧਰ ਡਿਸਟ੍ਰਿਬਿਊਟ ਹੁੰਦਾ ਰਹਿੰਦਾ ਤੋਂ ਰਾਤ ਨੂੰ ਸੌਣ ਲੱਗੇ ਦੋ ਗਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਆ ਬ੍ਰਾਮੀ ਪਾ ਕੇ ਪੁਦੀਨਾ ਅੱਜ ਕੱਲ ਇੰਨੀਆਂ ਚੀਜ਼ਾਂ ਹਨਾ ਲੋਕਾਂ ਨੂੰ ਕਾਫੀ ਅਵੇਅਰਨੈਸ ਹੋ ਗਈ ਹੁੰਦਾ ਕਿ ਉਹ ਦੇਸੀ ਤੁਲਸੀ ਤੁਲਸੀ ਸਭ ਤੋਂ ਅੱਛੀ ਰੇਡੀਏਸ਼ਨਸ ਦੇ ਉੱਪਰ ਕੰਮ ਕਰਦੀ ਆ। ਔਰ ਇੰਨਾ ਹੀ ਸਾਰੀਆਂ ਚੀਜ਼ਾਂ ਨੂੰ ਜੁਆਇਨ ਕਰਕੇ ਮਤਲਬ ਐ ਅਦਾ ਹੁੰਦਾ ਕਿ ਅਗਰ ਅਸੀਂ ਕੁਝ ਕੰਮ ਕਰ ਰਹੇ ਹਾਂ ਤਾਂ ਸਾਨੂੰ ਉਹਦਾ ਵੇ ਆਊਟ ਵੀ ਜ਼ਰੂਰ ਦੇਣਾ ਚਾਹੀਦਾ। ਤੋ ਇਹ ਜਿੰਨੀਆਂ ਸਾਰੀਆਂ ਚੀਜ਼ਾਂ ਰੇਡੀਏਸ਼ਨਸ ਤੇ ਕੰਮ ਕਰਦੀਆਂ ਉਹਨਾਂ ਦੇ ਆਇਲਸ ਮਿਲਾ ਕੇ ਆਈ ਹੈ ਮੇਡ ਦਿਸ ਸਪਾਈਸ ਔਇਲ। ਆਈ ਹੈ ਨੇਮਡ ਇਟ ਸਪਾਈਸ ਔਇਲ ਕਿਉਂਕਿ ਇਹ ਸਿੰਪਲ ਤੁਸੀਂ ਲਗਾ ਲੋਗੇ ਤਾਂ ਮੇ ਇਹਦੀ ਜੋ ਅਰੋਮਾਥੈਰੇਪੀ ਦੇ ਨਾਲ ਕੰਮ ਕਰਦਾ ਹੈ ਇਹ ਔਰ ਮੇਰੇ ਜਿੰਨੇ ਬ੍ਰੇਨ ਦੇ ਮਸਲਸ ਐ ਐਟ ਲੀਸਟ ਉਹਨਾਂ ਨੂੰ ਰਿਲੈਕਸ ਰੱਖਦਾ ਸ ਫਰਾਉਨਿੰਗ ਨਹੀਂ ਹੋਣੀ ਚਾਹੀਦੀ ਫਰਾਉਨਿੰਗ ਜਦੋਂ ਹੁੰਦੀ ਹੈ ਮੇਰੀਆਂ ਮਸਲਸ ਸ਼੍ਰਿੰਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਜਿੰਨਾ ਤੁਸੀਂ ਰਿਲੈਕਸ ਰਹੋਗੇ ਪਾਣੀ ਪੀਂਦੇ ਰਹੋਗੇ ਮੈਂ ਸੋਚੋ ਕਿ ਛੋਟੀ ਜੀ ਐਗਜ਼ਾਮਪਲ ਹੋਰ ਮੈਂ ਦਰਨਣਾ ਚਾਹਾਂਗੀ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਵੀ ਸੁੱਕੇ ਚਨੇ ਅਸੀਂ ਬਣਾਉਣ ਤੋਂ ਪਹਿਲੇ ਭਿਗੋਂਦੇ ਹਾਂ ਨਾ ਅਸੀਂ ਉਹਨੂੰ ਪਾਣੀ ਚ ਰੱਖਦੇ ਹਾਂ ਔਰ ਉਹ ਫੁੱਲ ਜਾਂਦੇ ਆ ਅਸੀਂ ਉਹਨਾਂ ਨੂੰ ਗ੍ਰੇਨ ਨਹੀਂ ਕਰ ਸਕਦੇ ਇੱਥੇ ਹੈਨਾ ਅਸੀਂ ਉਹਨਾਂ ਨੂੰ ਵਾਪਿਸ ਉੱਥੇ ਫਰੈਸ਼ ਸਟੇਜ ਤੇ ਨਹੀਂ ਲਿਜਾ ਸਕਦੇ ਬਟ ਅਸੀਂ ਉਹਨਾਂ ਨੂੰ ਉਦਾਂ ਦਾ ਰੀਟੇਨ ਕਰ ਸਕਦੇ ਆ ਸੋ ਦੈਟ ਇਜ਼ ਦ ਓਨਲੀ ਥਿੰਗ ਮਤਲਬ ਇੱਕ ਟਿਪ ਜਿਹੜੀ ਜਿਹਨੂੰ ਲੋਕ ਸਮਝ ਲੈਣ ਕਿ ਮੈਂ ਉਹਨੂੰ ਕਿੱਦਾਂ ਰੀਟੇਨ ਕਰਨਾ ਬਈ चने हैं और सूखे चने हैं उन्हें पानी च पाके रिटेन करके रखना में उनकी हेल्थ नु दैट इज इट जी मैम थैंक यू सो मच ਤੁਸੀਂ ਬਹੁਤ ਜ਼ਿਆਦਾ ਵੈਲਿਊਏਬਲ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਹੈ ਸੋ ਤੁਸੀਂ ਅੱਜ ਦੇਖਿਆ ਕਿ ਕਿਸ ਤਰੀਕੇ ਨਾਲ ਰੇਡੀਏਸ਼ਨ ਹਿਊਮਨ ਬਾਡੀ ਨੂੰ ਕਿਸ ਹੱਦ ਤੱਕ ਇਫੈਕਟ ਕਰਦੀ ਆ ਤੇ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਹੈ ਸੋ ਹਰ ਹਫ਼ਤੇ ਅਸੀਂ ਤੁਹਾਡੇ ਲਈ ਅਜਿਹੀਆਂ ਕੁਝ ਬਹੁਤ ਜਿਸ ਨਾਲ ਤੁਸੀਂ ਆਪਣਾ ਆਪ ਦਾ ਧਿਆਨ ਰੱਖ ਸਕਦੇ ਹੋ ਅਜਿਹੀ ਇਨਫੋਰਮੇਸ਼ਨ ਲੈ ਕੇ ਆਉਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ